ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵਿਸ਼ਿੰਗਟਨ ਫਰੇਟ ਸਰਵਿਸ ਸੈਟਲ ਇਹਨਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਤੁਹਾਨੂੰ ਲੋਕਲ ਜੌਬ ਦਿੰਦੇ ਨੇ ਕੰਮ ਤੁਹਾਡਾ ਸੈਟਲ ਏਰੀਆ ਦੇ ਵਿੱਚ ਹੈ ਡੇਲੀ ਹੋਮ ਜਾ ਸਕਦੇ ਹੋ ਡਿਸਪੈਚ ਪੰਜਾਬੀ ਤੇ ਇੰਗਲਿਸ਼ ਕੀਤਾ ਜਾਂਦਾ ਜੀ ਗੁਰਵਿੰਦਰ ਧਾਲੀਵਾਲ ਹੋਰ ਨਾਲ ਸੰਪਰਕ ਕਰੋ 206 3544060 ਜਾਂ ਜਗਦੇਵ ਸੰਧੂ ਹੋਰ ਨਾਲ 2532666924 ਬੰਬੋਂ ਧਾਲੀਵਾਲ ਹੋਰਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਇਹ ਤੁਹਾਨੂੰ ਸੈਟਲ ਏਰੀਏ ਦੇ ਵਿੱਚ ਲੋਕਲ ਕੰਮ ਦਿੰਦੇ ਆ ਜੀ ਤੁਸੀਂ ਰੋਜ਼ਾਨਾ ਘਰੇ ਜਾ ਸਕਦੇ ਹੋ ਬੱਚਿਆਂ ਨਾਲ ਵਧੀਆ ਸਮਾਂ ਬਤੀਤ ਕਰ ਸਕਦੇ ਹੋ ਵਧੀਆ ਬੈਨੀਫਿਟ ਲੈ ਸਕਦੇ ਹੋ ਤੇ ਕਮਾਈ ਵੀ ਚੰਗੀ ਕਰ ਸਕਦੇ ਹੋ ਜੀ ਐਨ ਐਚ ਐਕਸਪ੍ਰੈਸ ਦਾ ਨੰਬਰ ਹੈ ਜੀ 206550008 ਬੇਕਰਸਵਿਲ ਏਰੀਆ ਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਜਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਗਾਓ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 ਤੇ ਕਾਲ ਕਰ ਸਕਦੇ ਹੋ ਸਿੱਧੂ ਟਰੱਕ ਲਾਈਨ ਬੇਕਰਸਫੀਲ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਜੀ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੁਲਵੰਤ ਸਿੰਘ ਸਿੱਧੂ ਨੂੰ ਫੋਨ ਨੰਬਰ 6616671188 ਤੇ ਕਾਲ ਕਰ ਸਕਦੇ ਹੋ ਟੇਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟੇਲੋ ਸਾਹਿਬ ਕੀ ਬਣਿਆ ਕਿਸਾਨਾਂ ਨੇ ਅੱਜ ਅੱਜ ਦੀ ਮੀਟਿੰਗ ਤਾਂ ਫਿਰ ਜਵਾਬ ਦਿੱਤਾ ਸੀਗਾ ਅੱਜ ਮੀਟਿੰਗ ਸੀਗੀ ਤੇ ਕੀ ਕਹਿੰਦੇ ਨੇ ਕਿਸਾਨ ਵੈਸੇ ਤਾਂ ਹੁਣ ਫੇਰ ਮੀਟਿੰਗ ਹੋਈ ਜਾਂਦੀ ਹੈ। ਅੱਛਾ ਫੇਰ ਚੱਲ ਭੀ ਅੱਛਾ ਜੀ। ਉਸ ਮੀਟਿੰਗ ਦੇ ਵਿੱਚ ਸ਼ਾਇਦ ਦੁਬਾਰਾ ਕੋਈ ਹੋਰ ਵਿਚਾਰ ਬਟਾਂਦਰਾ ਹੁੰਦਾ ਹੈ। ਜੀ। ਉਹਦਾ ਰਿਜ਼ਲਟ ਕੀ ਹੋਣਾ ਹੈ ਆਪਾਂ ਨੂੰ ਹੋਰ 2 ਘੰਟੇ ਤੱਕ ਪਤਾ ਲੱਗ ਜਾਣਾ ਹੈ। ਜੀ। ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਊਗੀ। ਹਮਮ। ਲੇਕਿਨ ਇੱਕ ਗੱਲ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਤਜਵੀਜ਼ਾਂ ਜੀ 19 ਪੇਜਾਂ ਦੇ ਵਿੱਚ ਪੇਜੀਆਂ ਸੀ ਕਿਸਾਨਾਂ ਦੇ ਕੋਲ ਜੀ। ਕਿਸਾਨਾਂ ਨੇ ਉਹਦੇ ਉੱਤੇ ਵਿਚਾਰ ਕੀਤੀ। ਵਿਚਾਰ ਕਰਨ ਤੋਂ ਬਾਅਦ ਕਿਸਾਨਾਂ ਨੇ ਮੁੱਢੋਂ ਉਹਨਾਂ ਨੂੰ ਰੱਦ ਕਰ ਦਿੱਤਾ। ਅੱਛਾ ਜੀ। ਉਹਨਾਂ ਦਾ ਕਹਿਣਾ ਇਹ ਹੈ ਕਿਸਾਨਾਂ ਦਾ ਕਿ ਇਹਦੇ ਵਿੱਚ ਕੱਖ ਵੀ ਨਹੀਂ। ਹੂੰ ਹੂੰ। ਜੋ ਕੁਝ ਪਹਿਲਾਂ ਗੱਲਬਾਤਾਂ ਦੇ ਵਿੱਚ ਹੁੰਦਾ ਸੀ ਉਹੀ ਕੁਝ ਜਿਹੜਾ ਹੈਗਾ ਲਿਖਤੀ ਰੂਪ ਦੇ ਵਿੱਚ ਆਇਆ ਹੈ। ਜੀ। ਇਸ ਕਰਕੇ ਕਹਿੰਦੇ ਇਹਦੀ ਗੱਲ ਹੀ ਕੋਈ ਨਹੀਂ। ਕਿਸਾਨ ਇਸ ਕੱਲ ਦੇ ਉੱਤੇ ਅੜੇ ਹੋਏ ਐ ਵੀ ਕਿਉਂਕਿ ਇਸ ਕਾਨੂੰਨ ਇਨ੍ਹਾਂ ਕਾਨੂੰਨਾਂ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ। ਜੀ। ਤੇ ਕਾਨੂੰਨੀ ਪੱਖ ਤੋਂ ਜੇ ਆਪਾਂ ਜਾਣਿਆ ਲਿਆ ਸਭ ਦੇਖੀਏ। ਕਈ ਵਾਰੀ ਕੋਈ ਜਦੋਂ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕਿਤੇ ਜ਼ਮੀਨ ਦੀ ਅਕਵਾਇਰ ਕਰਨ ਦੀ ਹੋਵੇ ਕੋਈ ਹੋਰ ਹੋਵੇ ਮਾਮਲਾ ਜੇ ਕਿਤੇ ਉਹਨਾਂ ਦੀ ਲਿਖਤ ਪੜਤ ਦੇ ਵਿੱਚ ਇੱਕ ਅੱਧੀ ਵੀ ਗਲਤੀ ਰਹੇ ਜੇ ਬਿਲਕੁਲ ਜੀ ਔਰ ਉਸ ਮਾਮਲੇ ਨੂੰ ਆਪਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦਈਏ ਹੂੰ ਹੂੰ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗੱਲ ਠੀਕ ਨਹੀਂ ਤਾਂ ਨਾਲ ਦੀ ਨਾਲ ਹੀ ਅਦਾਲਤ ਜਿਹੜੀ ਹੈ ਉਹਨੂੰ ਰੱਦ ਕਰ ਦਿੰਦੀ ਜੀ ਇੱਥੇ ਉਹਨੂੰ ਸਵਾਲੇ ਪੈਦਾ ਹੁੰਦਾ ਹੈ ਕਿ ਜਿਹੜੇ ਤਿੰਨ ਕਾਨੂੰਨ ਬਣਾਤੇ ਹੂੰ ਹੂੰ ਕੰਟਰੈਕਟ ਫਾਰਮਿੰਗ ਹੈ ਜੀ ਕੰਟਰੈਕਟ ਫਾਰਮਿੰਗ ਜਿਹੜੀ ਹੈਗੀ ਸਿੱਧਨ ਸਿੱਧਾ ਜੇ ਦੇਖੀਏ ਪਤਾ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਹੈ ਫਾਰਮਿੰਗ ਤਾਂ ਸਾਰੀ ਸਟੇਟ ਸਬਜੈਕਟ ਆ ਕੰਟਰੈਕਟ ਫਾਰਮਿੰਗ ਦੇ ਵਿੱਚ ਤਾਂ ਸਰਕਾਰ ਕੇਂਦਰ ਦਾ ਕੋਈ ਰੋਲ ਹੀ ਨਹੀਂ ਨਾ ਇਸੇ ਤਰੀਕੇ ਦੇ ਅਸੀਂ ਦੇਖੀਏ ਤੁਹਾਡਾ ਅਸੈਂਸ਼ੀਅਲ ਕਮੋਡਿਟੀ ਹਾਂਜੀ ਅਸੈਂਸ਼ੀਅਲ ਕਮੋਡਿਟੀਆਂ ਨੂੰ ਸਿੱਕੇ ਦਨਿਆ ਕੰਕ੍ਰੀਟ ਲਿਸਟ ਦੇ ਵਿੱਚ ਹੈ ਜੀ ਕੇਂਦਰ ਦੇ ਨਾਲ ਸੰਬੰਧਤ ਹੈ ਕੇਂਦਰ ਨਾਲ ਸੰਬੰਧਤ ਹੈ ਲੇਕਿਨ ਜਿੱਥੋਂ ਤੱਕ ਜੇ ਆਪਾਂ ਦੇਖੀਏ ਜਿਹੜਾ ਤੀਜਾ ਕਾਨੂੰਨ ਆਵੇ ਹਾਂਜੀ ਉਹ ਵੀ ਜਿਹੜਾ ਜਿੱਦੇ ਵਿੱਚ ਭਾਅ ਵਗੈਰਾ ਦਾ ਸਿੱਟਾ ਕੀਤਾ ਵੈ ਕਮਰਸ਼ਲ ਹਾਂਜੀ ਉਹ ਵੀ ਅੱਧ ਵਿਚਾਲੇ ਅੱਧਾ ਕੋ ਕੇਂਦਰ ਦੇ ਹੱਕ ਆਪਣਾ ਜਿਹੜਾ ਹੈਗਾ ਹੱਥ ਜਾ ਤੇ ਅੱਧਾ ਕੋ ਸਟੇਟ ਦੇ ਹੱਥ ਜੀ ਜੇ ਕਾਨੂੰਨ ਦੀਆਂ ਨਜ਼ਰਾਂ ਚ ਦੇਖੀ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਜਾਵੇ ਤਾਂ ਇਹ ਉੱਡ ਸਕਦਾ ਹੈ ਜੀ ਪਰ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਐਮਰਜੈਂਸੀ ਵਿੱਚ ਵੀ ਇਹੀ ਕੁਝ ਹੁੰਦਾ ਸੀ ਹੂੰ ਹੂੰ emergancy ਦੇ ਵਿੱਚ ਜਦੋਂ indira gandhi ਨੇ ਲੋਕਾਂ ਨੂੰ illegally detention ਦੇ ਵਿੱਚ ਬੰਦ ਕਰਤਾ ਸੀ ਜੀ habeas corpus petitions ਪਾਈਆਂ ਸੀ ਤਾਂ ਉਸ ਵੇਲੇ ਸੁਪਰੀਮ ਕੋਰਟ ਇਹ ਗੱਲ ਕਹਿ ਦਿੰਦੀ ਸੀ ਜੀ ਨਹੀਂ ਹੂੰ ਇਹ ਮਾਮਲਾ ਤਾਂ ਕਿਉਂਕਿ ਉਸ ਵੇਲੇ ਵੀ सस्पेंड ਕਰਤਾ ਸੀ ਸੰਵਿਧਾਨ ਹੂੰ ਆਰਡੀਨਸ ਜਾਰੀ ਕਰਤੇ ਸੀ ਜੀ ਇਹ ਤਾਂ ਐਕਟ ਦੇ ਮੁਤਾਬਕ ਹੈ ਇਸ ਤਰ੍ਹਾਂ ਨਹੀਂ ਜੀ ਆਰਡੀਨਸ ਦੇ ਮੁਤਾਬਕ ਹੈ ਇਸ ਤਰ੍ਹਾਂ ਨਹੀਂ ਸੀਚ ਦਖਲ ਨਹੀਂ ਦੇ ਸਕਦੇ ਹਾਲਾਂਕਿ ਇਹ ਸਪਸ਼ਟ ਪ੍ਰਬੰਧ ਕੀਤਾ ਸੀ ਸੰਵਿਧਾਨ ਲਿਖਣ ਵਾਲਿਆਂ ਨੇ ਕਿ ਕਾਨੂੰਨ ਜਿਹੜੇ ਕੁਝ ਕਾਨੂੰਨ ਇਹ ਜਿਹੜੇ ਹੁੰਦੇ ਆ ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਗਿਆ ਕਿ ਜੇ ਕਈ ਵਾਰੀ ਪਾਰਲੀਮੈਂਟ ਵੀ ਕਾਨੂੰਨ ਬਣਾ ਦੇ ਜੀ ਲੇਕਿਨ ਉਹ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੁੰਦਾ ਹੈ ਜੀ ਤਾਂ ਸੁਪਰੀਮ ਕੋਰਟ ਉਹਨਾਂ ਨੂੰ ਉੜਾ ਦਿੰਦੀ ਹੈ ਲੇਕਿਨ ਬਦਕਿਸਮਤੀ ਸਾਡੀ ਇਹ ਕਿ ਜੋ ਐਮਰਜੈਂਸੀ ਵੇਲੇ ਜੁਡੀਸ਼ਰੀ ਦਾ ਜਿਹੜਾ ਰੋਲ ਸੀ ਹੂੰ ਹੂੰ ਲਗਭਗ ਪਿਛਲੇ ਸਮੇਂ ਤੋਂ ਸਾਡੀ ਜੁਡੀਸ਼ਰੀ ਦਾ ਰੋਲ ਉਹੀ ਹੋ ਚਹੀਏ ਕੁਝ ਹਾਈ ਕੋਰਟਾਂ ਹੈਗਾ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਠੀਕ ਫੈਸਲੇ ਲੈ ਰਹੀਆਂ ਲੇਕਿਨ ਸੁਪਰੀਮ ਕੋਰਟ ਦੇ ਮਾਮਲਿਆਂ ਦੇ ਵਿੱਚ ਇਹ ਮੰਨਣਾ ਬੜਾ ਸੀਨੀਅਰ ਬੁਕੀਲਾ ਦਾ ਮਨ ਹੈ ਤੁਸੀਂ ਦੇਖੋ ਖੋਲ ਕੇ ਇੰਟਰਵਿਊਜ਼ ਚਾਹੇ ਪ੍ਰਸ਼ਾਦ ਪੁਸ਼ੁੰਦੀ ਦੇਖ ਲਓ ਜੀ ਤੁਸੀਂ ਰਾਜੀਪ ਧਵਨ ਦੀ ਦੇਖ ਲਓ ਉਹਨਾਂ ਲੋਕਾਂ ਦਾ ਸਾਰਾ ਸਮਾਂ ਇਵਨ ਜੇ ਤੁਸੀਂ ਕਈ ਜੱਜਾਂ ਦੀਆਂ ਵੀ ਗੱਲ ਕਰ ਲਓ ਜੀ ਜਸਟਿਸ ਕਾਰਟਜੂ ਲੈ ਲਓ ਕੁਝ ਹੋਰ ਜਸਟਿਸ ਹੈ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਰਿਟਾਇਰ ਹੋਏ ਵੀ ਹੈ ਉਹ ਵੀ ਗੱਲ ਕਹਿੰਦੇ ਆ ਕਿ ਜੁਡੀਸ਼ਰੀ ਜਿਹੜੀ ਉਹਦੇ ਤੇ ਖਰੀ ਨਹੀਂ ਉਤਰੀ ਜੀ ਸੋ ਜਿਹੜੇ ਕਾਨੂੰਨ ਉਹਨਾਂ ਨੇ ਬਣਾਤੇ ਇਹਨਾਂ ਦੇ ਪ੍ਰੋਪੋਜ਼ਲਸ ਪੇਜ ਤੇ ਕਿਹਾ ਤੇ ਉਹਨਾਂ ਕਿਸਾਨਾਂ ਨੇ ਇਸ ਕਰਕੇ ਰੱਦ ਕਰਤਾ ਕਿ ਇਹਦੇ ਚੈਣੀ ਹੂੰ ਹੁਣ ਕਿਸਾਨਾਂ ਨੇ ਇਹ ਪੁੱਛਿਆ ਸੀ ਕਿ ਕਿਰਪਾ ਕਰਕੇ ਸਾਨੂੰ ਇਹ ਦੱਸਿਆ ਜਾਵੇ ਜੀ ਕਿ ਇਹ ਕਾਸਟ ਕਾਨੂੰਨ ਜਿਹੜੇ ਬਣੇ ਐ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਵਿੱਚ ਤੁਹਾਨੂੰ ਸੁਝਾਕ ਹੀ ਨਹੀਂ ਦਿੱਤਾ ਜੀ ਕੀ ਤੁਹਾਡੇ ਅਧਿਕਾਰੀਆਂ ਨੇ ਬਣਾਏ ਹੂੰ ਹੁ ਆਪਣੀ ਤਾਂ ਸਮਝਿਆ ਕਿ ਪੱਕੇ ਤੌਰ ਦੇ ਉੱਤੇ ਜਿਹੜੇ ਹੈਗਾ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਨੂੰ ਬਣਾ ਕੇ ਦਿੱਤੇ ਐ ਤੇ ਇਹਨਾਂ ਨੇ ਪੜੇ ਵੀ ਪੜੇ ਨਹੀਂ ਪੜੇ ਪੜ੍ਹੇ ਹੀ ਨਹੀਂ ਇਹਨਾਂ ਨੇ ਪੜੇ ਨਹੀਂ ਇਹਨਾਂ ਨੇ ਉਮੀਦ ਵਿੱਚ ਪਾਸ ਕਰਵਾ ਲੇ ਹੂੰ ਹੁ ਅੱਜ ਮੈਂ ਦੇਖ ਰਿਹਾ ਸੀਗਾ ਪਾਣੀ ਪੱਤ ਦੇ ਕੋਲੇ ਕੋਈ ਵੱਡਾ ਪਿੰਡ ਹੈ ਜੀ ਉਸ ਪਿੰਡ ਦੇ ਵਿੱਚ ਕੋਈ ਬਿਹਾਰ ਦੇ ਵਿੱਚੋਂ ਰਿਪੋਰਟਰ ਆਇਆ ਸੀ ਔਰ ਉਹਨੇ ਰਿਪੋਰਟਰ ਨੇ ਆ ਕੇ ਉੱਥੇ ਕਵਰੇਜ ਕੀਤੀ ਹੈ ਸੋਸ਼ਲ ਮੀਡੀਆ ਤੇ ਆਇਆ ਹੈ ਉੱਥੇ 100 ਏਕੜ ਦੇ ਵਿੱਚ ਆਦਾਨੀ ਦਾ ਬੰਡ ਰਿਹਾ ਹੈ ਵੱਡਾ ਜਿਹੜਾ ਗਡਾਊਨ ਅੱਛਾ ਜੀ ਪਤਾ ਨਹੀਂ ਕਿੰਨੇ ਕ ਗਡਾਊਨ 100 ਏਕੜ ਦੇ ਵਿੱਚ ਬਣਾਊਗਾ ਔਰ ਰੇਲਵੇ ਲਾਈਨ ਉੱਥੇ ਤੱਕ ਪਹੁੰਚ ਗਈ ਜੀ ਹੁਣ ਤੁਸੀਂ ਦੇਖੋ ਕਿ ਕਾਨੂੰਨ ਮਗਰੋਂ ਬਣਦੇ ਕਾਨੂੰਨ ਬਣਨ ਤਾਂ ਤਿੰਨ ਮਹੀਨੇ ਹੋਏ ਤਿੰਨ ਮਹੀਨੇ ਹੋਏ ਤੇ ਇਹ ਐਵੇਂ ਤਾਂ ਨਹੀਂ ਲੱਗੇ ਇਹਦਾ ਮਤਲਬ ਤਾਂ ਪਿੱਛੋਂ ਬਣਿਆ ਇਹ ਸਾਰਾ ਕੁਝ ਪਿੱਛੋਂ ਦਾ ਪਿੱਛੋਂ ਬੜੇ ਹੁਣ ਇਹਦੇ ਵਿੱਚ ਇੱਕ ਨਵੀਂ ਗੱਲ ਆ ਗਈ ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਆਪਣਾ ਮੋਗੇ ਕੋਲੇ ਪਿੰਡ ਹੈ ਡਗਰੂ ਆ ਕਿ ਕੀ ਹੈ ਡਗਰੂ 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 ਘਟਕਾਲਾ ਉੱਥੇ ਵੀ ਅਦਾਨੀਆਂ ਆ ਦੇ ਬੜਿਆ ਤੇ ਉਹ ਕਈ ਲੋਕ ਤਾਂ ਪਤਾ ਨਹੀਂ ਵੀ ਸੋਸ਼ਲ ਮੀਡੀਆ ਦੀ ਕਲਾਕਾਰੀ ਹੈ ਜਾਂ ਸੱਚਮੁੱਚ ਹੀ ਹੈਗੀ ਇੱਕ ਫੋਟੋ ਜਿਹੜੀ ਐ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਜਿੱਥੇ ਅਡਾਨੀ ਵੀ ਖਲੋਤਾ ਹੈ ਹੂੰ ਤੇ ਨਾਲ ਦੋ ਸ਼ਖਸ ਹੋਰ ਖੜੇ ਹੈ ਹੂੰ ਇੱਕ ਉਸ ਵੇਲੇ ਦਾ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਤੇ ਇੱਕ ਉਹਦਾ ਕਰੀਬੀ ਰਿਸ਼ਤੇਦਾਰ ਬਿਲਕੁਲ ਬਿਲਕੁਲ ਹੈਗੇ ਜੀ ਅੱਜ ਹੁਣ ਵੀ ਤਸਵੀਰਾਂ ਤਾਂ ਸਾਰੇ ਲੀਡਰਾਂ ਦੀਆਂ ਹੀ ਆਈ ਜਾਂਦੀਆਂ ਨੇ ਤਸਵੀਰਾਂ ਸਾਰੇ ਲੀਡਰਾਂ ਦੀਆਂ ਆਈ ਜਾਂਦੀਆਂ ਪਰ ਅੱਜ ਜਿਹੜੇ ਹੈਗੇ ਕੇਂਦਰ ਨੇ ਜਿਹੜੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਬੇਇਨਸਾਫੀ ਕੀਤੀ ਹੈ ਹੂੰ ਹੂੰ 8 ਤਾਰੀਖ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ ਜੀ ਜੀ 8 ਨੂੰ ਤਾਂ ਮੋਦੀ ਜੀ ਉਹਨਾਂ ਨੂੰ ਵਧਾਈ ਦਿੰਦੇ ਤੇ ਕੱਲ 9 ਤਾਰੀਖ ਨੂੰ ਹੂੰ ਜਿਹੜਾ ਮਸੌਦਾ ਜਾਂ ਜਿਹੜਾ ਲਿਸ ਆਪਣਾ ਤੁਲੀ ਤਜਵੀਜ਼ਾਂ ਭੇਜੀਆਂ ਇਸ ਖਰੜਾ ਸੀ ਖਰੜਾ ਕੋਲੀ ਹੂੰ ਉਹਦੇ ਵਿੱਚ ਜੋ ਕਿਸਾਨਾਂ ਨੇ ਪੁੱਛਿਆ ਸੀ ਕਿ ਦੱਸਿਆ ਜਾਵੇ ਦੱਸਤਾ ਹੂੰ ਕਹਿੰਦੇ ਜੀ ਇਹ 2010 ਦੇ ਵਿੱਚ ਇੱਕ ਕਮੇਟੀ ਬਣੀ ਸੀ ਅੱਛਾ ਜੀ ਉਹ ਕਮੇਟੀ ਦੇ ਜਿਹੜੇ ਕਹਿੰਦੇ ਆ ਜੀ ਪ੍ਰਧਾਨ ਸੀਗੇ ਆਪਣੇ ਮੁਖੀ ਬੜੇ ਸੀਗੇ ਹੁਡਾ ਸਾਹਿਬ ਭੁਪਿੰਦਰ ਸਿੰਘ ਹੁਡਾ ਅੱਛਾ ਜੀ ਉਹ ਕਾਂਗਰਸ ਦੇ ਉੱਥੇ ਦੇ ਸੀ ਚੀਫ ਮਿਨਿਸਟਰ ਹਰਿਆਣੇ ਦੇ ਤੇ ਉਹਦੇ ਵਿੱਚ ਮੈਂਬਰ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਅੱਛਾ ਜੀ ਇਸ ਕਮੇਟੀ ਨੇ ਕਹਿੰਦੇ ਸੁਝਾਅ ਦਿੱਤੇ ਸੀ ਵੀ ਤੁਸੀਂ ਇਹ ਕਾਨੂੰਨ ਨੂੰ ਪੜਾ ਦਿਓ ਹੂੰ ਹੁਣ ਪ੍ਰਕਾਸ਼ ਸਿੰਘ ਇਹਦਾ ਮਤਲਬ ਹੈ ਵੀ ਕਿ ਰਾਜਨੀਤੀ ਵੀ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਹਾਂ ਇੱਕ ਪਾਸੇ ਤੁਸੀਂ ਵਧਾਈ ਦੇ ਰਹੇ ਹੋ ਜਨਮ ਦਿਨ ਦੀ ਦੂਜੇ ਪਾਸੇ ਉਹਨੂੰ ਕੰਦਾ ਵੀ ਕਰਦੇ ਤੇ ਦੂਜੇ ਪਾਸੇ ਤੁਸੀਂ ਮਤਲਬ ਡੀਫੇਮ ਕਰਨ ਵਾਸਤੇ ਚੱਲੋ ਵੀ ਇਸ ਉਮਰ ਦੇ ਵਿੱਚ ਤਾਂ ਘੱਟੋ ਘੱਟ ਬੰਦਾ ਖਿਆਲ ਕਰ ਲੈਂਦਾ ਆਫਟਰ ਆਲ ਹਾਂ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੰਜਾਬ ਨੂੰ ਜੀ ਆਪਣੇ ਪੰਥ ਨੂੰ ਆਪਣੇ ਸਾਥੀਆਂ ਨੂੰ ਸਭ ਕੁਝ ਇਸ ਨੂੰ ਜ਼ਾਤੇ ਲਾ ਕੇ ਹੂੰ ਹੂੰ ਤੁਹਾਡੇ ਨਾਲ ਲਿਹਾਜ ਪਾ ਲਈ ਜੀ ਤੁਸੀਂ ਉਹਦੀ ਲਿਹਾਜ ਜਾਂਦਾ ਇਨੀ ਲਿਹਾਜ ਤਾਂ ਤੁਸੀਂ ਰਾਖਲੋ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਹੈਗੀ ਜਮਾਤ ਤੇ ਤੇ ਵਿਸ਼ਵਾਸ ਕਰਨਾ ਜਿਹੜਾ ਕਿੰਨਾ ਘਾਤਕ ਹੈ ਘਟੋ ਘਟ ਬਾਦਲ ਸਾਹਿਬ ਨੂੰ ਸੁਖਵੀਰ ਨੂੰ ਤਾਂ ਉਹਨਾਂ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਜੇ ਬਾਪ ਨਾਲੇ ਕੁਝ ਕਰ ਸਕਦੇ ਤਾਂ ਸਾਡੇ ਨਾਲ ਕੀ ਕਰ ਲੈਣੇ ਹੂੰ ਲਓ ਜਿਹੜੇ ਕਿਸਾਨਾਂ ਨੇ ਕਹਿਤਾ ਵੀ ਬੜਦੇ ਕਹਿੰਦੇ ਜੀ ਰਾਤ ਸਾਨੂੰ ਨਹੀਂ ਇਹ ਪਰਵਾਨ ਜੀ ਤੇ ਅਗਲੀ ਗੱਲ ਫਿਰ ਉਹਨਾਂ ਨੇ ਹੋਰ ਕਹਿਤੀ ਹੂੰ ਹੂੰ ਉਹ ਕਹਿੰਦੇ ਵੀ ਅਸੀਂ ਹੁਣ ਜਿਹੜੇ ਚੁੱਪ ਕਰਕੇ ਨਹੀਂ ਬੈਠਾਂਗੇ ਜੀ ਸੰਘਰਸ਼ ਸ਼ੋਰ ਤਿੱਖਾ ਕਰਾਂਗੇ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਸਤਾ ਦਿੱਤਾ ਕਿ ਜਿਹੜੇ ਮਾਲਾ ਸਾਰੇ ਇਹਨਾਂ ਦੇ ਮਾਲ ਨਹੀਂ ਜੀ ਮਾਲਾ ਤੋਂ ਇਲਾਵਾ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਦਿੱਲੀ ਤੇ ਜੈਪੁਰ ਜੀ ਤੇ ਦਿੱਲੀ ਆਗਰਾ ਐਕਸਪ੍ਰੈਸ ਬੇ ਹੈ ਹੂੰ ਹੂੰ ਇਹਨਾਂ ਸਮੇਤ ਜਿੰਨੇ ਵੀ ਨੈਸ਼ਨਲ ਹਾਈਵੇ ਹੈ ਜੀ ਇਹਨਾਂ ਨੂੰ ਕਹਿੰਦੇ ਜੀ ਅਸੀਂ ਐਨ 12 ਦਸੰਬਰ ਤੱਕ ਪੂਰੀ ਤਰ੍ਹਾਂ ਦਿੱਲੀ ਨੂੰ ਨਾਲ ਰਲਾਉਂਦੇ ਇਹਨਾਂ ਨੂੰ ਜਾਮ ਕਰ ਦੇਾਂਗੇ ਜੀ ਦੇ ਨਾਲ ਅਗਲੀ ਗੱਲ ਕਹਿੰਦੀ ਕਿ 12 ਨੂੰ ਸਾਰੇ ਜਿਹੜੇ ਟੋਲ ਪਲਾਜ਼ਾ ਹੈ ਉਹ ਉਹਨਾਂ ਦੇ ਡੰਡੇ ਚੱਕ ਦੇ ਉਹ ਡੰਡੇ ਚੱਕ ਦੇਗੇ ਉਹ ਅਸੀਂ ਫ੍ਰੀ ਕਰ ਦੇਾਂਗੇ ਹੂੰ ਅਗਲੀ ਗੱਲ ਕਹਿੰਦੇ ਆ ਵੀ 14 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ 'ਚ ਜੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਜਿਹੜੇ ਹੈਗੇ ਧਰਨੇ ਮੁਜਾਹਰੇ ਹੋਣਗੇ ਔਰ ਭਾਜਪਾ ਦੇ ਲੀਡਰਾਂ ਦੇ ਜਿਹੜੇ ਹੈ ਘਰਾਓ ਹੋਣਗੇ ਉਹ ਪਹਿਲਾਂ ਹੀ ਚੱਲਦੇ ਉਹਨਾਂ ਦੇ ਘਰਾਂ ਦੇ ਘਰਾਓ ਚੱਲਦੇ ਆ ਉਤੋਂ ਨਾਲ ਉਹਨਾਂ ਨੇ ਕਹਿ ਦਿੱਤਾ ਜੀ ਵੀ ਯੂਪੀ ਮਧ ਪ੍ਰਦੇਸ਼ ਤੇ ਰਾਜਸਥਾਨ ਜੀ ਹਰਿਆਣਾ ਇਹਨਾਂ ਦੇ ਕਿਸਾਨ ਜਿਹੜੇ ਹਾਲੇ ਤੱਕ ਘਰਾਂ 'ਚ ਬੈਠੇ ਐ ਹੂੰ ਉਹ ਵੀ ਵਾਪਸ ਆ ਜਾਣ ਉਸੇ ਦੇ ਦਿੱਲੀ ਨੂੰ ਆ ਜਾਣ ਅੱਛਾ ਜੀ ਪੰਜਾਬ ਦੀ ਤਾਂ ਹਾਲਤੀ ਹੁਣੇ ਹੈ ਨਾ ਪੰਜਾਬ ਦੇ ਵਿੱਚੋਂ ਤਾਂ ਮੇਰਾ ਖਿਆਲ ਹੈ ਵੀ ਲੋਕ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਜਾਏ 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 ਅੱਜ ਮੈਨੂੰ ਫਿਰ ਕਈ ਸੱਜਣਾਂ ਦੇ ਟੈਲੀਫੋਨ ਆਉਂਦੇ ਆ ਆਪਾਂ ਦੋਖਦੇ ਨਹੀਂ ਲੈ ਕੇ ਆਏ ਸੀਗੇ ਅੱਜ ਮੈਨੂੰ ਕਈਆਂ ਦੇ ਟੈਲੀਫੋਨ ਆਏ ਯਾਰ ਗੱਲ ਇਹ ਵੀ ਤੁਹਾਡਾ ਜਿਹੜਾ ਬਾਹਰ ਐਤਵਾਰ ਵਿਹਲਾ ਹੁੰਦਾ ਹੈ ਜੀ ਤੇ ਚਲੋ ਸਾਡੇ ਨਾਲ ਚਲੋ ਆਪਾਂ ਦੇਖ ਕੇ ਤਾਂ ਇਹ ਉੱਥੇ ਕੀ ਹੈ ਕਿਉਂਕਿ ਪੰਜਾਬ ਵਾਲੇ ਤਾਂ ਹੁਣ ਇਹ ਸਮਝਦੇ ਆ ਕਿ ਅਸੀਂ ਤਾਂ ਤੀਰਥ ਸਥਾਨ ਤੇ ਜਾ ਰਹੇ ਹਾਂ ਤੀਰਥ ਸਥਾਨ ਤੇ ਹੀ ਚੱਲਿਆਂ ਤੀਰਥ ਸਥਾਨ ਤੇ ਹੁਣ ਇਹ ਕਹਿੰਦੇ ਸੀ ਇਰਾਬੰਦੀ ਥੋੜੀ ਜੀ ਹੋਰ ਸਖਤ ਕਰੀਏ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਜੀ ਅਹ ਅਹ ਜੇ ਚੌਂਦੀ ਇਹ ਸਰਕਾਰ ਜੀ ਤਾਂ ਤਜਵੀਜ਼ਾਂ ਦੇ ਉੱਤੇ ਮੁੜ ਵਿਚਾਰ ਕਰਕੇ ਸਾਨੂੰ ਦੁਬਾਰਾ ਭੇਜ ਲਈ ਇਹਦੇ ਤੇ ਅਸੀਂ ਫੇਰ ਵਿਚਾਰ ਕਰ ਸਕਦੇ ਹਾਂ ਹੂੰ ਹੂੰ ਹੁਣ ਜਿਹੜੇ ਸਰਕਾਰ ਨੇ ਸੁਝਾਅ ਦਿੱਤੇ ਸੀ ਕਿ ਅਸੀਂ ਕੀ ਕੁਝ ਕਰਾਂਗੇ ਜੀ ਮੈਂ ਸਮਝਦਾ ਉਹ ਸੁਝਾਅ ਨਹੀਂ ਜੀ ਉਹ ਆਪਣਾ ਜਿਹੜਾ ਹੈਗਾ ਇੱਕ ਵਾਲੇ ਗੁਨਾਹ ਹੈ ਜੀ ਉਹ ਸਰਕਾਰ ਨੇ ਆਪਣਾ ਕਬੂਲਨਾਮਾ ਦਿੱਤਾ ਕਿ ਸਾਥੋ ਆ ਗੁਨਾਹ ਹੋ ਗਏ ਜੀ ਹੁਣ ਗੁਨਾਹ ਦੇਖੋ ਤੁਸੀਂ ਕੱਲੀ ਕੱਲੀ ਚੀਜ਼ ਨੂੰ ਦੇਖੋ ਹਮ ਸਰਕਾਰ ਕਹਿੰਦੀ ਹੈ ਕਿ ਜੇ ਰਾਜ ਸਰਕਾਰਾਂ ਚਾਹਣ ਜੀ ਤਾਂ ਪ੍ਰਾਈ ਮੇ ਪ੍ਰਾਈਵੇਟ ਮੰਡੀਆਂ ਤੇ ਵੀ ਟੈਕਸ ਜਾਂ ਫੀਸ ਲਾ ਸਕਦੀ ਹਾਂਜੀ ਅੱਛਾ ਜੇ ਰਾਜ ਸਰਕਾਰਾਂ ਚਾਹਣ ਇਹਦਾ ਮਤਲਬ ਇਹ ਅਸੀਂ ਫੀਸਾਂ ਤੋਂ ਛੋਟ ਦਿੱਤੀ ਸੀ ਹਾਂ ਤੁਸੀਂ ਲਾ ਦੇ ਤੇ ਪ੍ਰਾਈਵੇਟ ਮੰਡੀਆਂ ਕਿੰਨਾਂ ਦੀਆਂ ਹੋਣਗੀਆਂ ਪ੍ਰਾਈਵੇਟ ਮੰਡੀਆਂ ਕਾ ਫੋਟੋਟਿਕਾ ਫੋਟੋਗ੍ਰਾਫੀ ਦੇ ਦਾ ਹੁਣੀ ਅਗਲੀ ਗੱਲ ਕਹਿੰਦੀ ਹੈ ਕਿ ਰਾਜ ਸਰਕਾਰਾਂ ਚਾਹਣ ਤਾਂ ਮੰਡੀ ਵਪਾਰੀਆਂ ਦੀ ਰਜਿਸਟ੍ਰੇਸ਼ਨ ਵੀ ਲਾਜ਼ਮੀ ਕਰ ਸਕਦੀ ਹੈ ਅੱਛਾ ਜੀ ਪਹਿਲਾਂ ਇਹਨਾਂ ਨੇ ਕੀ ਕੀਤਾ ਸੀ ਹੂੰ ਹੂੰ ਇਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਹਰ ਉਸ ਬੰਦੇ ਨੂੰ ਇੱਥੋਂ ਜਿਹੜੀ ਹੈਗੀ ਜਿਹੜੀ ਫਸਲ ਖਰੀਦਣ ਦੀ ਇਜਾਜ਼ਤ ਦੇਮਾ ਗਈ ਜੀ ਜਿਹਦੇ ਕੋਲੇ ਪੈਨ ਕਾਰਡ ਹੈਗਾ ਹੂੰ ਹੂੰ ਹਣ ਪੈਨ ਕਾਰਡ ਦੇ ਦੱਸ ਵਾਲਾ ਪੈਨ ਕਾਰਡ ਦਾ ਹਰ ਇੱਕ ਉਹਦਾ ਆਪਣੇ ਜਿਹੜਾ ਸਵੀਪਰ ਕੋਲੇ ਵੀ ਹੈਗਾ ਕੋਲੇ ਕੋਲੇ ਵੀ ਹੈ ਹਾਂਜੀ ਪੈਨ ਕਾਰਡ ਨਾਲ ਨੂੰ ਕਿਉਂ ਉਹਦੀ ਘੱਟੋ ਘੱਟ ਬਗੈਰ ਰਜਿਸਟ੍ਰੇਸ਼ਨ ਜਿਹੜਾ ਵਪਾਰੀ ਕੋਈ ਰਜਿਸਟਰੀ ਨਹੀਂ ਹੁੰਦਾ ਉਹ ਨੂੰ ਤੁਸੀਂ ਕਿਵੇਂ ਇਜਾਜ਼ਤ ਦੇਵੋਗੇ ਹੁਣ ਕਹਿੰਦੇ ਜੀ ਇਹ ਚਾਹੁੰਦਾ ਦੇ ਸਕਦੇ ਅਗਲੀ ਗੱਲ ਕਹਿੰਦੇ ਜੀ ਕਿਸਾਨਾਂ ਨੂੰ ਸਿਵਲ ਕੋਰਟ ਜਾਣ ਦਾ ਅਧਿਕਾਰ ਵੀ ਦਿੱਤਾ ਜਾ ਸਕਦਾ ਹੈ ਹੂੰ ਹੂੰ ਇਹਦਾ ਮਤਲਬ ਕਿ ਜਿਹੜੀ ਪਹਿਲੇ ਐਸ ਡੀ ਐਮ ਵਾਲੀ ਗੱਲ ਸੀ ਕਿ ਐਸ ਡੀ ਐਮ ਕਰੂਗਾ ਨਾਲ ਕਹਿੰਦੇ ਜੀ ਜਿੰਨੀ ਦੇਰ ਤੱਕ ਉਹ ਸਿਵਲ ਕੋਰਟ ਜਾਣ ਦਾ ਅਧਿਕਾਰ ਨਹੀਂ ਮਿਲਦਾ ਐਸ ਡੀ ਐਮ ਜਿਹੜਾ ਹੈਗਾ ਉਹ 30 ਦਿਨਾਂ ਦੇ ਵਿੱਚ ਨਿਪਟਾਰਾ ਕਰ ਦੂਗਾ ਜੀ ਤੇ ਉਹਦੇ ਨਾਲ ਅਗਲੀ ਗੱਲ ਕਹਿੰਦੇ ਆ ਕਿ ਜਿਹੜੇ ਕੰਟਰੈਕਟ ਫਾਰਮਿੰਗ ਦੇ ਜਿਹੜੇ ਡਾਕੂਮੈਂਟ ਹੈ ਜੀ ਉਹ ਜਿਹੜਾ ਹੈਗਾ ਡਾਕੂਮੈਂਟ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੋਊਗੀ ਜੀ ਤੇ ਅਗਲੀ ਉਹਦੇ ਨਾਲ ਇੱਕ ਹੋਰ ਬੋਲਦੇ ਆ ਜਿਹੜਾ ਸਭ ਤੋਂ ਵੱਡਾ ਗੁਨਾਹ ਹੈ ਜੀ ਕਿ ਅਸੀਂ ਕਾਨੂੰਨ ਦੇ ਵਿੱਚ ਇਹ ਪ੍ਰਬੰਧ ਕਰ ਦੇਾਂਗੇ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਉਹਦੇ ਤੇ ਕਰਜ਼ਾ ਨਹੀਂ ਲੈ ਸਕਣਗੇ ਹੂੰ ਔਰ ਉਹਦੀ ਜਿਹੜੀ ਕਰਕੀ ਨਿਲਾਮੀ ਨਹੀਂ ਹੋਊ। ਪਹਿਲੇ ਇਹਦਾ ਮਤਲਬ ਪਹਿਲਾਂ ਇਹ ਪ੍ਰਬੰਧ ਕੀਤਾ ਸੀ ਕਿ ਜ਼ਮੀਨ ਮਾਲਕ ਦੀ ਜ਼ਮੀਨ ਕਿਸਾਨ ਦੀ ਤੇ ਕਰਕੇ ਉਹਨੇ ਕਰ ਲਿਆ ਉਹਦੇ ਤੇ ਫਿਰ ਉਹ ਕਰਜ਼ਾ ਲੈਣਗੇ। ਲੀਜ਼ ਤੇ ਕਰਜ਼ਾ ਲੈ ਲੈਣਗੇ। ਕਰਜ਼ਾ ਲੈ ਲੈਣਗੇ ਲੀਜ਼ ਤੇ ਹੋਊਗਾ ਕੀ ਕਿ ਜਦੋਂ ਉਹਨਾਂ ਨੇ ਛੱਡ ਕੇ ਭਜਨੇ ਤੇ ਜਿਹੜਾ ਕਿਸਾਨ ਹੈ ਕਿਸਾਨ ਨੂੰ ਕੋਈ ਪਤਾ ਨਹੀਂ ਕੋਈ 5-50 ਦਿੱਤੇ ਹੋਣਗੇ ਨਹੀਂ ਜਿੰਨਾ ਇਹ ਕਰ ਦਿਆ ਗਿਆ ਉਹ ਉਹ ਨਹੀਂ ਦਿਨ ਤੱਕ ਖੇਚ ਨਹੀਂ ਪਰ ਸਕਦਾ ਜਿੰਨੀ ਦਿਨ ਤੱਕ ਕੋ ਕਰ ਦਿਆ ਉਹਦਾ ਨਹੀਂ ਉਤਾਰਦਾ। ਨਹੀਂ ਤਾਰਦੇ। ਐਡਾ ਵੱਡਾ ਜਿਹੜਾ ਹੈਗਾ ਬਿਤਕਰਾ ਜਾਂ ਐਡਾ ਵੱਡਾ ਜਿਹੜਾ ਗੁਨਾਹ ਹੈ। ਆਪਣੇ ਲੋਕਾਂ ਨਾਲ ਆਪਣੇ ਨਾਗਰਿਕਾਂ ਦੇ ਨਾਲ ਸਰਕਾਰ ਐਡਾ ਵੱਡਾ ਅਪਰਾਧ ਕਰ ਰਹੀ ਸੀ ਜੀ ਇਹ ਸਾਰਾ ਕੁਝ ਇਹਦੇ ਤੇ ਨੰਗਾ ਹੋ ਗਿਆ ਤੇ ਇਹਦੇ ਨਾਲ ਅਗਲੀ ਗੱਲ ਕਹਿੰਦੇ ਜੀ ਬਿਜਲੀ ਬਿੱਲ ਹੂੰ ਬਿਜਲੀ ਬਿੱਲ ਤਾਂ ਕਹਿੰਦੇ ਹਲੇ ਤੱਕ ਜਿਹੜਾ ਹੈਗਾ ਉਹ ਤਾਂ ਪ੍ਰੋਸੈਸ ਦੇ ਵਿੱਚ ਹੈ ਜੀ ਉਹ ਤਾਂ ਹਲੇ ਪਾਸ ਹੀ ਨਹੀਂ ਹੋਇਆ ਹੂੰ ਹੂੰ ਤੇ ਜੇ ਤੁਸੀਂ ਚਾਹੋ ਨ ਕਿਸਾਨਾਂ ਨੂੰ ਕਹਿੰਦੇ ਤੇ ਫਿਰ ਆਪਾਂ ਬਿਜਲੀ ਬਿੱਲ ਦਾ ਆਪਾਸ ਕਰਾਂਗੇ ਪੁਰਾਣੇ ਹਿਸਾਬ ਨਾਲ ਹੀ ਚੱਲੂਗਾ ਉਹ ਜਿਹੜੇ ਜਿਹੜੇ ਪਸ਼ੂਆਂ ਦੇ ਉੱਤੇ ਵੀ ਟੈਕਸ ਲਾਤਾ ਸੀ ਹਾਂ ਬਿਲਕੁਲ ਬਿਜਲੀ ਬਿੱਲ ਦੀ ਵਿੱਚ ਜਿਹੜੀ ਤਜਵੀਜ਼ ਸੀ ਨਾ ਕਿ ਜਿੰਨੇ ਕਿਸਾਨ ਦੇ ਕੋਲੇ ਪਸ਼ੂ ਹੋਣਗੇ ਪਸ਼ੂਆਂ ਨੂੰ ਗਿਣ ਕੇ ਉਸ ਹਿਸਾਬ ਦੇ ਨਾਲ ਜਿਹੜੀ ਹੈਗੀ ਇਹ ਤੁਹਾਡੀ ਘਰੇਲੂ ਬਿਜਲੀ ਹੈ ਜੀ ਜੀ ਘਰੇਲੂ ਬਿਜਲੀ ਦਾ ਰੇਟ ਵੀ ਤੁਹਾਥੋਂ ਕਮਰਸ਼ੀਅਲ ਲਿਆ ਜਾਊਗਾ ਹੂੰ ਹੂੰ ਰਹੀ ਗੱਲ ਪ੍ਰਾਲੀ ਦੀ ਜੀ ਐਨ ਸੀ ਆਰ ਹੂੰ ਨੈਸ਼ਨਲ ਕੈਪੀਟਲ ਰੀਜਨ ਕਹਿੰਦੇ ਜੀ ਲੁੱਟਿਆਣ ਜ਼ੋਨ ਆ ਉਹਦੇ ਵਿੱਚ ਲੁਟੀਆਂ ਜੋਣ ਹੈ ਹੋਆ ਜਿੱਥੇ ਪਾਰਲੀਮੈਂਟ ਤੇ ਸਾਰੀ ਜਿਹੜੀ ਲੁੱਟੀਆਂ ਲੁੱਟੇ ਲੁੱਟਣ ਵਾਲਾ ਜੋਨ ਹੈ ਬੈਸੇ ਦਾ ਲੁਟੀਆਂ ਇਸ ਜੋਨ ਨੇ ਕਿਹਾ ਹੈ ਪਰ ਜੇ ਆਪਾਂ ਸਹੀ ਮੈਨੇਚ ਕਹੀਏ ਤਾਂ ਇਹ ਲੁੱਟਣ ਵਾਲਾ ਜੋਨ ਹੈ ਲੁੱਟੇਰਿਆਂ ਵਾਲਾ ਜੋਨ ਹੈ ਹਾਂ ਹਾਂ ਜਿਹੜਾ ਲੁੱਟੇਰਿਆਂ ਵਾਲਾ ਜੋਨ ਹੈ ਉੱਥੇ ਕਹਿੰਦੇ ਵੀ ਲੁੱਟੇਰੇ ਜਿੱਥੇ ਦੇਸ਼ ਦੇ ਲੁੱਟੇਰੇ ਬੈਠੇ ਹੈ ਹੂੰ ਤੇ ਉਹਨਾਂ ਲੁੱਟੇਰਿਆਂ ਨੂੰ ਫਿਰ ਜਿਹੜੀ ਹੈਗੀ ਹੈ ਜੀ ਪਰ ਦੂਸ਼ਣ ਜਿਆਦਾ ਤਾਂ ਕਰਦੇ ਐਥੇ ਤਾਂ ਪ੍ਰਦੂਸ਼ਣ ਕਿਸ ਤੱਕ ਦੇ ਕਰ ਪੰਜਾਬ ਦੇ ਕਿਸਾਨ ਜਿਹੜੇ ਪੈੰਟ ਤੋਂ ਲੱਗੇ ਆ ਤੁਹਾਡੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਉਹਨਾਂ ਦਾ ਸਾਰਾ ਕੁਝ ਹੀ ਪਲੀਤ ਹੋ ਗਿਆ ਪਲੀਤ ਹੋ ਗਿਆ ਹਾਂਜੀ ਸਭ ਕੁਝ ਉਹਨਾਂ ਦਾ ਪਲੀਟੜੇਗਾ ਔਰ ਉਹ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੈ ਪਰ ਕਹਿੰਦੇ ਉਹਨਾਂ ਦਾ ਕੋਈ ਖਿਆਲ ਨਹੀਂ ਜੀ ਸਾਨੂੰ ਉਹਨਾਂ ਦਾ ਜਿਆਦਾ ਖਿਆਲ ਹੈ ਤੇ ਪਰਾਲੀ ਨੂੰ ਅੱਗ ਲਾ ਕੇ ਕਹਿੰਦੇ ਜੀ ਉਹ ਫਿਰਨਾ ਉੱਥੇ ਥੋੜਾ ਉਹਨਾਂ ਦਾ ਕੰਮ ਘਟਦਾ ਹੈ ਪਰਾਲੀ ਦੀ ਸਥਿਤੀ ਹੈ ਕਿ ਪਰਾਲੀ ਜਿਹੜੀ ਹੈਗੀ ਹੈ ਪਰਾਲੀ ਤੋਂ ਤਾਂ ਮੇਰੇ ਖਿਆਲ ਚਾਰ ਜਾਂ 6% ਦੀ ਵੰਦਦਾ ਹੈ ਹਾਂਜੀ ਹਾਂਜੀ ਬਾਕੀ ਤੇ 90% ਜਿਹੜਾ ਹੈਗਾ 90 ਚਲੋ ਆਪਾਂ 10% ਲਾ ਰੂ ਜੀ 90% ਪ੍ਰਦੂਸ਼ਣ ਤਾਂ ਹੋਰਾਂ ਚੀਜ਼ਾਂ ਤੋਂ ਆਉਂਦਾ ਹੈ ਬਿਲਕੁਲ ਹੀ ਉਹਦੇ ਤੇ ਪਰਾਲੀ ਦੇ ਉੱਤੇ ਲਾ ਦਿੱਤਾ ਸੀ ਕਿ 1 ਕਰੋੜ ਰੁਪਇਆ ਜੁਰਮਾਨਾ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਹੂੰ ਹੂੰ ਤੇ ਨਾਲ ਨਾਲ ਕਹਿ ਦਿੱਤਾ ਸੀ 5 ਸਾਲ ਦੀ ਕੈਦ ਕੈਦ ਹਾਂਜੀ ਤੇ ਪਰਾਲੀ ਉਹਨਾਂ ਨੂੰ ਐਮਐਸਪੀ ਮਿਲਦਾ ਨਹੀਂ ਹੂੰ ਹੂੰ ਫਸਲਾਂ ਉਹਨਾਂ ਦੀਆਂ ਲੁੱਟੀਆਂ ਜਾ ਰਹੀਆਂ ਜਿਹੜਾ ਮਾੜਾ ਮੋਟਾ ਐਮਐਸਪੀ ਦੋ ਫਸਲਾਂ ਤੇ ਮਿਲਦਾ ਸੀ ਉਹ ਤੁਸੀਂ ਖਤਮ ਕਰ ਰਹੇ ਹੋ ਹਾਂਜੀ ਕਿਸਾਨ ਜਿਹੜਾ ਹੈਗਾ ਪਰਾਲੀ ਦਾ ਨਿਪਟਾਰਾ ਕਰਨ ਦਾ ਕਰਨ ਕਿਵੇਂ ਉਹਦਾ ਪ੍ਰਬੰਧ ਕੋਈ ਨਹੀਂ ਤੇ ਉਹਨਾਂ ਦੇ ਉੱਤੇ ਇੱਕ ਆ ਜਿਹੜਾ 1 ਕਰੋੜ ਰੁਪਏ ਜੁਰਮਾਨਾ ਜ਼ਮੀਨ ਫਿਰ ਨਿਲਾਮ ਕਰਨੀ ਬਿਲਕੁਲ ਤੇ 5 ਸਾਲਾਂ ਹਸਤੀ ਜੀ ਜਿਹੜੇ ਜਿਹੜਾ ਕਿਸਾਨ 5 ਸਾਲਾਂ ਹਸਤੇ ਅੰਦਰ ਚੜਾ ਗਿਆ ਤਾਂ ਉਜੜ ਗਿਆ ਜੀ ਸਾਹਿਬ ਇੱਕ ਮੋਟਾ ਜਿਹਾ ਗੱਲ ਹੈ ਭਾਵੇਂ ਉੱਥੇ ਖੇਤੀ ਨਹੀਂ ਕਰਦੇ ਆ ਆਪਣੇ ਗਵਾਂਢ ਚ ਸਰਦਾਰਗੜ ਕਰਮਗੜ ਛਤਰਾ ਤੇ ਬੱਲੂਆਂ ਨੇ ਏਰੀਏ ਦੇ ਵਿੱਚ ਆ ਸੋਲਰ ਸਿਸਟਮ ਲੱਗੇ ਨੇ ਹਾਂਜੀ ਇਹ ਲਿਆ ਤਾਂ ਠੇਕੇ ਤੇ ਹੀ ਹੈ ਕੰਟਰੈਕਟ ਤੇ ਹੀ ਹੈ ਕੰਟਰੈਕਟ ਤੇ ਬਿਲਕੁਲ ਹੁਣ ਇਸ ਕੰਟਰੈਕਟ ਤੇ ਦੇਖ ਲੋ ਹਾਂ ਹਾਂ ਇਨਕਮ ਟੈਕਸ ਵੀ ਲੱਗਦਾ ਹੈ ਪੈਰ ਤੁਸੀਂ ਪਾ ਨਹੀਂ ਸਕਦੇ ਟਹਾ ਟਹਾ ਮਾਰਦੇ ਹਾਂ ਹਾਂ ਮਾਰਦੇ ਆ ਲੋਕ ਜਿਦੋਂ ਕੋਲ ਦੀ ਟੱਪਦੇ ਨਾ ਆਪਦੇ ਖੇਤ ਨਹੀਂ ਵੜ ਸਕਦੇ ਖੇਤ ਨਹੀਂ ਵੜ ਸਕਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਂ ਜਿਉਂਦਾ ਜਾਗਦਾ ਐਗਜ਼ਾਮਪਲ ਹੈ ਫਿਰ ਇਹ ਜਦੋਂ ਮਰਜ਼ੀ ਛੱਡ ਕੇ ਭੱਜ ਜਾਣ ਹਾਂ ਹਾਂ ਬਿਲਕੁਲ ਮੁੜ ਕੇ ਡਲੇ ਕਿਹਨੇ ਕੱਢਣੇ ਆ ਵਿੱਚੋਂ ਸਮਾਨ ਕਿਹਨੇ ਚੱਕਣਾ ਉਹ ਮਾਲਕ ਦੇਖੂਗਾ ਨੂੰ ਤੇ ਕੱਲ ਨੂੰ ਜੇ ਇਹ ਗੱਲ ਸੁਣ ਲਓ ਅਗਲਾ ਵੇਚ ਕੇ ਅੱਗੇ ਤੁਰ ਗਿਆ ਅਗਲਾ ਖੂ ਤੂੰ ਕਿੱਧਰ ਐ ਤਾਂ ਮੇਰੇ ਕੋਲੇ ਲਿਖਿਆ ਪਿਆ ਸਮਾਨ ਤਾਂ ਮੇਰਾ ਮੈਂ ਕਦੋਂ ਚ ਦੇਖੂਗਾ ਹਾਂ ਹਾਂ ਤੁਰੇ ਫਿਰੋ ਹਾਂ ਹਾਂ ਉਤਰੀ ਅਦਾਲਤਾਂ ਚੋ ਸਟੇ ਮਿਲਦਾ ਕਿੰਨਾ ਕੁ ਸ਼ੁਜਦਾ ਕੀ ਦੀ ਕੀ ਬੰਗ ਮਸ ਕੀ ਨਹੀਂ ਬਸ ਤੁਰੇ ਫਿਰੋ ਕੀ ਨੇ ਵਿਆਜ ਕੀ ਨੇ ਕਹਦਾ ਕਹਦਾ ਅਦਾਲਤਾਂ ਵੀ ਆਪਣੀਆਂ ਉਹੀ ਐ ਡਾਡੇ ਦਾ ਸੱਤੀ ਵੀ 100 ਹਾਂਜੀ ਅਰਨਵ ਗੋਸਵਾਮੀ ਡਿਊਟੀ ਮਿਲ ਗਈ ਤੇ ਮੇਰੇ ਤੁਹਾਡੇ ਵਰਗੇ ਕਿੱਥੇ ਰੋਲੇ ਫਿਰਦੇ ਨਾ 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 ਤੁਸੀਂ ਇਹ ਕੀ ਐ ਕਿ ਕਸ਼ਮੀਰ ਵਾਲਾ ਮੁੱਦਾ ਧਾਰਾ 370 ਨੂੰ ਚੁਣੌਤੀ ਦਿੱਤੀ ਪਟੀਸ਼ਨ ਪਈ ਐ ਹਾਲੇ ਤੱਕ ਉਤੇ ਸੁਣਵਾਈ ਨਹੀਂ ਹੋਈ ਇਲੈਕਟਰਲ ਬਾਂਡ ਐ ਜੀ ਜਿਹਦੇ ਰਾਹੀਂ ਕਿ ਤੁਸੀਂ ਜਿੰਨਾ ਮਰਜੀ ਐ 2 ਨੰਬਰ ਦਾ ਪੈਸਾ ਲੈ ਲਓ ਦੋ ਨੰਬਰ ਦਾ ਪੈਸਾ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਦੇਣਾ ਚੋਣ ਲੜਨ ਵਾਸਤੇ ਜੀ ਆਪੋਜੀਸ਼ਨ ਨੂੰ ਕੌਣ ਦੇਦਾ ਰੂਲਿੰਗ ਪਾਰਟੀ ਵਾਲਿਆਂ ਨੂੰ ਦੇਣਗੀ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਿਆ ਉਹਦੀ ਸੁਣਵਾਈ ਨਹੀਂ ਹੁੰਦੀ ਜੀ ਹੋਰ ਕਿੰਨੇ ਮਾਮਲੇ ਪਏ ਆ ਤੇ ਅਰਨਵ ਗੋਸਵਾਮੀ ਦਾ ਕਿੰਨੇ ਚ 15 ਘੰਟੇ ਦੀ ਸਾਰਾ ਕੁਝ ਕਰਤਾ ਸੀ ਇਹ ਤਾਂ ਫਿਰ ਉਹੀ ਹੈ ਨਾ ਕਿ ਜਿਹੜੀ ਜਿਹੜੀ ਅਸੀਂ ਗੱਲ ਕਹੇ ਕਿ ਜਿਹੜਾ ਸੁਪਰੀਮ ਕੋਰਟ ਦੀ ਹਾਲਤ ਵੀ ਐਮਰਜੈਂਸੀ ਵਰਗੀ ਹੋਈ ਵੀ ਹੈ ਜੀ ਸੋ ਹੁਣ ਅਗਲੀ ਗੱਲ ਕਹਿੰਦੇ ਉਹ ਕਹਿੰਦੇ ਜੀ ਲੁੱਟੀਆਂ ਨਜ਼ਰਾਂ ਵਾਲਿਆਂ ਦਾ ਚਲੋ ਸਾਹ ਘੁੱਟਦਾ ਤਾਂ ਅਸੀਂ ਥੋੜੇ ਬਹੁਤ ਆ ਖਸਾ ਲੈ ਲਾਂਗੇ ਤੇ ਅਸੀਂ ਕਹਿੰਦੇ ਇੱਕ ਕਰੋੜ ਵਾਲੀ ਚੋਂ 5 ਲੱਖ ਵਾਲੀ ਚੋਂ ਕੱਢਦੇ ਨੇ ਤੁਸੀਂ ਗੱਲ ਕਰੋ ਪਰ ਫਿਰ ਕਿਸਾਨ ਕਹਿੰਦੇ ਕਿ ਜੀ ਇਹ ਸਾਰਾ ਕੁਝ ਹੀ ਗਲਤ ਹੈ ਤੇ ਤੁਸੀਂ ਕਿਹਨੂੰ ਕਾਨੂੰਨ ਕਿਉਂ ਨਹੀਂ ਰੱਦ ਕਰਦੇ ਕਾਨੂੰਨਾਂ 'ਚ ਰਹਿ ਗਿਆ ਹਾਂ ਕਹਿੰਦੇ ਜੀ ਡੱਬਾ ਨਹੀਂ ਅਸੀਂ ਆਪ ਦਾ ਛੱਡਣਾ ਡੱਬਾ ਤਾਂ ਸਾਡਾ ਰਹੂਗਾ ਸਰਪੰਚੀ ਵਾਂਗੂ ਡੱਬਾ ਭਰਾਵਾ ਮੇਰਾ ਰਹੂਗਾ ਉਂ ਬਹਿ ਜਾਣਾ ਨਹੀਂ ਨਹੀਂ ਡੱਬੇ ਦੀ ਹਾਲਤ ਇਹ ਹੈ ਨਾ ਵੀ ਡੱਬੇ ਦੇ ਉੱਤੇ ਕਿਉਂਕਿ ਮੋਹਰ ਨਰਿੰਦਰ ਮੋਦੀ ਵਾਲੀ ਲੱਗੀ ਹੋਈ ਹੈ ਹਾਂ 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 ਫਿਰ ਇਹ ਨਹੀਂ ਵੀ ਡੱਬਾ ਬਹਿ ਗਿਆ ਉੱਤੇ ਕਿ ਨਰਿੰਦਰ ਮੋਦੀ ਬਹਿ ਗਿਆ ਅਗਲੀ ਗੱਲ ਕੀ ਹੈ ਕਿ ਇਹ ਇਨੇ ਅੜੀ ਕਿ ਉਹ ਸਰਕਾਰ ਹੂੰ ਸਰਕਾਰ ਨੇ ਪਿਛਲੇ ਸਮਿਆਂ ਚ ਖਾਸ ਕਰਕੇ ਜਦੋਂ ਦਾ ਕਰੋਨਾ ਵਾਲੀ ਪ੍ਰੋਬਲਮ ਹੋਈ ਹੈ ਜੀ ਜੀ ਇਸ ਸਮੇਂ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਆਪਣੀ ਮжоਰਿਟੀ ਦਾ ਫਾਇਦਾ ਉਠਾ ਕੇ ਜਾਂ ਆਪਣੀ ਪੋਜੀਸ਼ਨ ਦਾ ਫਾਇਦਾ ਉਠਾ ਕੇ ਕਿਉਂਕਿ ਕਿਸਾਨਾਂ ਵਾਲੇ ਕਾਨੂੰਨ ਤਾਂ ਰਾਜ ਸਭਾ ਦੇ ਵਿੱਚੋਂ ਡਿਵੀਜ਼ਨ ਵੋਟ ਆਫ VOTING ਤੱਕ ਵੋਟਸ ਦਾ ਕਰਵਾ ਹੀ ਨਹੀਂ ਕੀ ਜੀ ਜੀ ਬਿਲਕੁਲ ਉਹ ਤਾਂ ਵੈਸੇ ਹੀ ਧੱਕੇ ਨਾਲ ਹੀ ਪਾਸ ਕਰਵਾ ਲਿਆ ਲੇਕਿਨ ਕੁਝ ਇੱਕ ਮਾਮਲੇ ਦੇ ਵਿੱਚ ਆਪੋਜੀਸ਼ਨ ਵੀ ਸੁੱਤੀ ਪਈ ਰਹੀ ਹੈ ਆਪੋਜੀਸ਼ਨ ਨੂੰ ਪਤਾ ਨਹੀਂ ਲੱਗਾ ਜਿਵੇਂ ਵਰਕਿੰਗ ਕਲਾਸ ਨਾਲ ਸੰਬੰਧ ਜਿਹੜੇ ਲੇਬਰ ਲਾਇ ਜੀ ਲੇਬਰ ਲਾਜ਼ ਦੇ ਵਿੱਚ ਜਿਹੜੀਆਂ ਐਮੈਂਡਮੈਂਟਸ ਕੀਤੀਆਂ ਜਿਹੜੇ ਉਹਨਾਂ ਨੂੰ ਸੋਧਿਆ ਬੈ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਹੈਗਾ ਵਰਕਿੰਗ ਕਲਾਸ ਦੀ ਸਿੱਧੀ ਕੁੱਟਤੀ ਹੈ ਜੀ ਜੀ ਔਰ ਸਾਰੀਆਂ ਪਾਵਰਾਂ ਕਿਹਦੇ ਕੋਲ ਚਲੀਆਂ ਗਈਆਂ ਨੇ ਜੀ کارਪੋਰੇਟਰਾਂ ਕੋਲ کارਪੋਰੇਟਰਾਂ ਕੋਲ ਕਾਰਖਾਨੇਦਾਰਾਂ ਕੋਲ ਚਲੀਆਂ ਗਈਆਂ ਉਹ ਉਹਨਾਂ ਦੇ ਰਹਿਮੋ ਕਰਮਚਾਰੀ ਹਮ ਹਮ ਇਹਨਾਂ ਨੂੰ ਇਹ ਡਰ ਹੈ ਕਿ ਜੇ ਕਿਸਾਨੀ ਦੇ ਦਬਾਅ ਥਲੇ ਆ ਕਿ ਆਹ ਕਾਨੂੰਨ ਵਾਪਸ ਲੈ ਲਈ ਤੇ ਫਿਰ ਉਹ ਵੀ ਉੱਠਣਗੇ ਜੀ ਤੇ ਇਹ ਤਾਂ ਹੁਣ ਪਹਿਲਾਂ ਗੱਲ ਸਾਹਮਣੇ ਆਈ ਗਈ ਹੈ ਕਿ ਇੱਕ ਦਿਨ ਤੋਮਰ ਸਾਹਿਬ ਤੋਂ ਹੀ ਨਿਕਲ ਗਿਆ ਖੇਤੀਬਾੜੀ ਮੰਤਰੀ ਤੋਂ ਹਾਂਜੀ ਕਿ ਯਾਰ ਜੇ ਅਸੀਂ ਤੁਹਾਡੇ ਦੁਬਾਰਾ ਚ ਆ ਕੇ ਤਬਦੀਲੀਆਂ ਕਰਤੀਆਂ ਜਾਂ ਉਹ ਨਰਾਸ਼ ਕਰ ਲਿਆ ਤਾਂ ਫਿਰ ਅਦਾਨੀ ਅਬਾਨੀ ਹੋਰੀ ਆ ਜਾਣਗੇ ਰੌਲਾ ਅਸਲ ਦੇ ਵਿੱਚ ਅਦਾਨੀਆਂ ਤੇ ਅੰਬਾਨੀਆਂ ਦਾ ਕਹਿੰਦੇ ਆਪਾਂ ਦੱਸਿਆ ਸੀ ਕਿ ਜੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਕਰਮਚਾਰੀ ਹੈ ਜੀ ਜੀ ਜਿਹੜੇ ਉਹਨਾਂ ਕੋਲ ਕੰਮ ਕਰਨ ਵਾਲੇ ਬੰਦੇ ਨੂੰ ਜੁਆਇੰਟ ਸੈਕਟਰੀ ਭਾਰਤ ਸਰਕਾਰ ਦੇ ਵਿੱਚ ਭਰਤੀ ਕਰ ਲਿਆ ਹੂੰ ਹੂੰ ਕਿ ਤੁਸੀਂ ਜੀ ਜੋ ਮਰਜ਼ੀਆ ਕਰੋ ਤਾਂ ਫਿਰ ਕਾਨੂੰਨ ਉਹਨਾਂ ਦੇ ਵੰਣਗੇ ਜੀ ਹੁਣ ਵੱਡੀ ਗੱਲ ਹੈ ਕਿ ਇੱਥੇ ਸਵਾਲ ਇਹ ਹੋ ਗਿਆ ਕਿ ਇਹ ਕਿਸਾਨੀ ਦੀ ਹੋਣ ਦਾ ਸਵਾਲ ਹੈ ਹੂੰ ਹੂੰ ਮੈਨਾਂ ਕਿਸਾਨੀ ਦੀ ਹੋਣ ਦਾ ਸਵਾਲ ਹੈ ਦੇਸ਼ ਦੀ ਹੋਣ ਦਾ ਸਵਾਲ ਹੈ ਜੀ ਬਿਲਕੁਲ ਬਿਲਕੁਲ ਦੇਸ਼ ਦੀ ਹੋਣ ਦਾ ਮੁੜ ਕੇ ਫਿਰ ਕੀ ਗੱਲ ਲੜਾਂਗੇ ਉਹ ਇਸ ਇੰਡੀਆ ਕੰਪਨੀ ਵਾਂਗੂ ਅੱਜ ਹੀ ਅੱਜ ਹੀ ਨਾ ਪੈਰ ਲੱਗਣ ਦਿਓ ਇਹ ਕਿਸਾਨ ਇਸ ਗੱਲ ਨੂੰ ਸਮਝ ਲਏ ਇਹੀ ਕਰਨਾ ਹੈ ਕਿ ਕਿਸਾਨਾਂ ਨੂੰ ਸਾਰੇ ਦੇਸ਼ ਦੇ ਵਿੱਚੋਂ ਭਰਪੂਰ ਸਮਰਥਨ ਮਿਲ ਰਿਹਾ ਜੀ ਜੀ ਤੇ ਢਿੱਲੋ ਸਾਹਿਬ ਫਿਰ ਆਪਾਂ ਕਿਸਾਨਾਂ ਦੇ ਕਾਨੂੰਨਾਂ ਦੀ ਤਾਂ ਗੱਲ ਕਰਦੇ ਹੁਣ ਕਿਸਾਨ ਸੰਘਰਸ਼ ਚੱਲ ਰਿਹਾ ਹੈ ਕਿਸਾਨ ਕਾਜ ਵੀ ਉੱਥੇ ਹੋ ਰਹੇ ਨੇ ਤੇ ਇਹਨੂੰ ਸਮਰਪਿਤ ਵੀ ਕਈ ਲੋਕ ਨਹੀਂ ਉੱਥੇ ਜਾਂਦੇ ਨੇ ਸੋ ਇਹਦੇ ਬਾਰੇ ਕੋਈ ਜਾਣਕਾਰ ਜਾਣਕਾਰ ਚਾਰਖ ਘਟਨਾਵਾਂ ਜੀ ਮੇਰੇ ਧਿਆਨ ਦੇ ਵਿੱਚ ਆਈਆਂ ਹੈ ਜੀ ਕਿਸਾਨ ਸੰਘਰਸ਼ ਦੇ ਨਾਲ ਹਮ ਇੱਕ ਤਾਂ ਹੈ ਜੀ ਸੇਖੂ ਪਿੰਡ ਸੇਖੂ ਪਿੰਡ ਹਾਂਜੀ ਅਮਲੋਟ ਦੇ ਨਾਲ ਜਮਾ ਜੀ ਬਿਲਕੁਲ ਬਿਲਕੁਲ ਮੁਕਸਰ ਜ਼ਿਲ੍ਹੇ ਦੇ ਵਿੱਚ ਮਲੋਟ ਦੇ ਨਾਲ ਸੇਖੂ ਪਿੰਡ ਹੈ ਹਾਂਜੀ ਹੈਗਾ ਹੈ ਉੱਥੋਂ ਦਾ ਇੱਕ ਲੜਕਾ ਅਭਜੀਤ ਸਿੰਘ ਜੀ ਸਰਪੰਚ ਦਾ ਪੁੱਤੀਜਾ ਹੈ ਸਰਪੰਚ ਦਾ ਨਾਂ ਹੈ ਜਸਦੀਪ ਸਿੰਘ ਜੀ ਜੱਸੀ ਬਰਾੜ ਕਹਿੰਦੇ ਮੈਨੂੰ ਲੱਗਦਾ ਸ਼ਾਇਦ ਹਾਂ ਬਰਾੜ ਹੀ ਹੈ ਬਰਾੜ ਦਾ ਪਿੰਡ ਹੈ ਜੀ ਬਰਾੜ ਦਾ ਬਰਾੜ ਦਾ ਪਿੰਡ ਹੈ ਸੰਭਾਵਨਾ ਹੈ ਜੀ ਜੱਸੀ ਬਰਾੜੀ ਹੋ ਹਾਂ ਹਾਂ ਉਹ ਮੁੰਡੇ ਦੀ ਸੀ ਸ਼ਾਦੀ ਅੱਛਾ ਜੀ ਆਨੰਦ ਕਾਰਜ ਹੋ ਗਏ ਆਨੰਦ ਕਾਰਜ ਤੋਂ ਬਾਅਦ ਫਿਰ ਜਿਹੜੀ ਰਿਸੈਪਸ਼ਨ ਹੁੰਦੀ ਹੈ ਉਹ ਰਿਸੈਪਸ਼ਨ ਰੱਖੀ ਹੋਈ ਸੀ ਡੀਜੇ ਵਗੈਰਾ ਵੀ ਲੱਗਿਆ ਹੋਇਆ ਸਾਰਾ ਜਿਵੇਂ ਆਪਣੇ ਵਿਆਹ ਹੁੰਦੇ ਪਿੰਡ ਆਲੇ ਪਿੰਡ ਆਲੇ ਦੇ ਕਿਉਂਕਿ ਇਹ ਦਿਨ ਕਦੇ ਕਦੇ ਹੀ ਹੁੰਦਾ ਹੈ ਹਾਂ ਬਿਲਕੁਲ ਜੀ ਭਾਗਾ ਆਲਾ ਦਿਨ ਭਾਗਾ ਆਲਾ ਦਿਨ ਹੁੰਦਾ ਹੈ ਆਪਣੇ ਸਾਰੇ ਚਾ ਮਲਾਰ ਜਿਹੜੇ ਆ ਪੂਰੇ ਕਰਦਾ ਸਾਰੇ ਰਿਸ਼ਤੇਦਾਰਾਂ ਦੀ ਮਹਿਮਾਨਾਂ ਦੀ ਪੂਰੀ ਸੇਵਾ ਆਪਣੀ ਕਰਦਾ ਇਸ ਮਾਮਲੇ 'ਚ ਉਸ ਪਰਿਵਾਰ ਨੇ ਕੋਈ ਕਸਰ ਨਹੀਂ ਬਾਕੀ ਰਹਿਣ ਦਿੱਤੀ ਜੀ ਜੀ ਪਰ ਉਹਨਾਂ ਨੇ ਇੱਕ ਨਵੀਂ ਗੱਲ ਕਹਿਤੀ ਜੀ ਉਹਨਾਂ ਨੇ ਜੀ ਉੱਥੇ ਪਬਲਿਕ ਜਿਹੜਾ ਸਾਊਂਡ ਸਿਸਟਮ ਆ ਉਹਦੇ ਰਾਹੀਂ ਅਨਾਉਂਸ ਕਰਤਾ ਕਿ ਕੋਈ ਵੀ ਵਿਅਕਤੀ ਜੀ ਜੋੜੀ ਨੂੰ ਛਗੜ ਨਹੀਂ ਦੇਊਗਾ ਅੱਛਾ ਜੀ ਅਲੀ ਬੀਂਤੀ ਕਰਤੀ ਪਰ ਨਾਲ ਗੱਲ ਕਹਿਤੀ ਕਿ ਇਹਦਾ ਮਤਲਬ ਇਹ ਵੀ ਨਹੀਂ ਹਾਂ ਵੀ ਆਹੀ ਲੈਂਦੇ ਨੇ ਕਿ ਤੁਸੀਂ ਜੇਬ ਚੋਂ ਪੈਸੇ ਨਹੀਂ ਕੱਢਨੇ ਕੱਢਨੇ ਹਾਂ ਕਹਿੰਦੇ ਜੀ ਉਹ ਪਿਆ ਡੱਬਾ ਗੋਲਕ ਪਈ ਹੈ ਗੋਲਕ ਪਈ ਹੈ ਗੋਲਕ ਜਾਂ ਆਪਾਂ ਨੂੰ ਕਹਿੰਦੀ ਗੋਲਕ ਤੇ ਚਲੋ ਆਪਾਂ ਧਾਰਮਿਕ ਨਾਲ ਜੋੜ ਦਿੰਦੇ ਆ ਵੈਸੇ ਤਾਂ ਬੱਚਿਆਂ ਦੀ ਵੀ ਗੋਲਕ ਹੁੰਦੀ ਹੈ ਗੋਲਕ ਹੁੰਦੀ ਹੈ ਪਰ ਆਪਾਂ ਇਹਨੂੰ ਮੰਨ ਲਓ ਆਪਾਂ ਉਹਨੂੰ ਕਹਦੇ ਵੀ ਉਹ ਗੱਲਾਂ ਪਿਆ ਗੱਲਾਂ ਪਿਆ ਗੱਲਾਂ ਲਾ ਦੇ ਉਹਨਾਂ ਨੇ ਬਣਾਤਾ ਗੱਲਾਂ ਵੀ ਉਹ ਗੱਲਾਂ ਪਿਆ ਤੇ ਮਿੱਤਰੋ ਇਸ ਗੱਲੇ ਦੇ ਵਿੱਚ ਜਿਹੜੀ ਆਪਦੀ ਆਪਦੀ ਜਿਹੜੀ ਹੈਗੀ ਜਿਹੜੀ ਸ਼ਗਨ ਲੈ ਕੇ ਆਏ ਉਹ ਸਾਰਾ ਇਹਦੇ ਚ ਪਾ ਦਿਓ ਹੂੰ ਹੂੰ ਤੇ ਇਹ ਕਰਨਾ ਕੀ ਸਾਰਾ ਕੰਦੇ ਇਕੱਠਾ ਕਰਾਂਗੇ ਅੱਛਾ ਜੀ ਜਿੰਨਾ ਕ ਆਪਦੇ ਕੋਲੋਂ ਆਪਦੀ ਮਤਲਬ ਪੁਜਿਤ ਪਈ ਉਹ ਪਾ ਦੇਾਂਗੇ ਵਿੱਚ ਦੀ ਇਹ ਪਾ ਕੇ ਤੇ ਇਹ ਅਸੀਂ ਭੇਜਣਾ ਦਿੱਲੀ ਬਾਰਡਰ ਤੇ ਅੱਛਾ ਜੀ ਜਿੱਥੇ ਕਿਸਾਨ ਬੈਠੇ ਸੰਘਰਸ਼ ਕਰਦੇ ਇਹ ਉਹਨਾਂ ਨੂੰ ਦੇਣੇ ਇੱਕ ਤਾਂ ਜੀ ਹੋਇਆ ਇਹ ਇੱਕ ਹੋਰ ਹੋਇਆ ਨਾਬੇ ਦੇ ਕੋਲੇ ਪਿੰਡ ਹੈ ਦੁਲਤਦੀ ਤੁਸੀਂ ਪੜ੍ਹਦੇ ਰਹੇ ਹੋ ਦੇਖਿਆ ਉਹਨੇ ਮੇਰੀ ਯਾਦ ਹੈ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਪੰਜਾਬ ਦੇ ਉੱਤੇ ਜੀ ਤੇ ਪਟਿਆਲਾ ਰਾਜੇ ਦੀ ਤੇ ਦੀ ਆਪਣੇ ਦੀ ਨਾਬੀ ਵਾਲੇ ਦੀ ਨਾਬੀ ਵਾਲੇ ਦੀ ਟਸਲ ਚੱਲਦੀ ਸੀ ਤੇ ਦੁਲੱਦੀ ਪਿੰਡ ਨੂੰ ਲੈ ਕੇ ਰੌਲਾ ਪੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਆ ਕੇ ਰਾਜੀਨਾਮਾ ਕਰਾਉਣ ਜੀ ਤੇ ਜਦੋਂ ਰਾਜੀਨਾਮਾ ਕਰਾਉਣ ਆ ਗਿਆ ਵੀ ਇਹਨੂੰ ਕੀ ਕਰੀਏ ਤੇ ਇਹਨੂੰ ਕੀ ਕਰੀਏ ਇਹਨੂੰ ਕੀ ਕਰੀਏ ਤੇ ਫਿਰ ਦੋਨਾਂ ਰਾਜਿਆਂ ਨੂੰ ਪਤਾ ਲੱਗਾ ਵੀ ਆਪਾਂ ਤੋਂ ਤਕੜਾ ਹੈ ਹੂੰ ਹੂੰ ਤੇ ਆਪਾਂ ਆਪ ਦਾ ਸਾਹਕਤਾਬ ਕਰ ਸਾਹਕਤਾਬ ਆਪ ਵੀ ਨਪਟਾਲੀਏ ਕਿਤੇ ਨਾ ਹੋਵੇ ਕਿ ਆਪਣਾ ਸਮਝੌਤਾ ਕਰਦਾ ਕਰਦਾ ਦੋਨਾਂ ਦੀਆਂ ਰਸਤੇ ਹੀ ਦਬ ਜਾਈਂ ਹੂੰ ਹੂੰ ਉਹਦੇ ਤੁਸੀਂ ਜਾਓ ਅਸੀਂ ਆਪ ਹੀ ਕਰ ਲੈਨੇ ਜੀ ਤੇ ਉਹ ਉਹ ਫਿਰ ਕਹਿੰਦੇ ਧੰਨ ਬਾਬਾ ਆਲਾ ਤੇਰੀ ਗੱਦੀ ਐ ਨਾਬੇ ਦੇ ਗੇਟ ਤੇ ਦੁਲਦੀ ਐ ਦੁਲਦੀ ਐ ਠੀਕ ਐ ਦੁਲਦੀ ਗੇਟ ਵੀ ਐ ਉਹ ਦੁਲਦੀ ਗੇਟ ਆ ਨਾ ਜਿਹੜਾ ਉਹ ਦੁਲਦੀ ਗੇਟ ਆ ਜਿਹੜਾ ਉੱਥੇ ਜਾਂਦੀ ਮੁੰਡਾ ਹੂੰ ਹੂੰ ਮੇਰਾ ਖੋਰ ਖੈਲਾ ਵੀ ਅਮਨ ਉਹਦਾ ਨਾਮ ਐ ਅੱਛਾ ਜੀ ਇੰਗਲਿਸ਼ ਦੀ ਐ ਮੇਰੇ پاس ਕੀਤੀ ਉਹ ਨਹੀਂ ਅੱਛਾ ਜੀ ਤੇ ਉਹਦੀ ਮੈਰਿਜ ਜਿਹੜੀ ਹੋ ਗਈ ਜੀ ਹੁਣੀ ਐ ਹਲੇ ਓਕੇ ਲੜਕੀ ਐ ਸ਼ਾਇਦ ਅਮਰੀਕਾ ਦੀ ਸਿਟੀਜ਼ਨ ਐ ਹਾਂਜੀ ਜਿਹਦੇ ਨਾਲ ਮੈਰਿਜ ਹੁਣੀ ਐ ਤੇ ਉਹਨਾਂ ਨੇ ਜੀ ਜਾਗੋ ਕੱਢੀ ਹੂੰ ਹੂੰ ਜਾਗੋ ਦੇ ਵਿੱਚ ਜਿਹੜੇ ਸਾਡੇ ਰਵੈਤੀ ਗੀਤ ਆ ਵਿਆਹਾਂ ਵਾਲੇ ਉਹ ਨਹੀਂ ਗੀਤ ਗਏ ਅੱਛਾ ਜੀ ਸਗੋਂ ਆ ਕੰਬਰ ਕਰੇ ਵਾਲ ਹੋਰਾਂ ਦੇ ਗੀਤ ਪਿੱਛਾ ਪੈ ਗਿਆ ਤੇ एलान ਇਸ ਕਿਸਮ ਦੇ ਗੀਤ ਗਾਉਣੇ ਸ਼ੁਰੂ ਕਰਤੇ ਅੱਛਾ ਜੀ ਜਿਹੜੇ ਗੀਤ ਐਸ ਵੇਲੇ ਤੁਸੀਂ ਦੇਖੋ ਇੱਕ ਕਈ ਵਾਰੀ ਆਪਾਂ ਕਹਿ ਦਿੰਦੇ ਆਂ ਗਾਉਣ ਵਾਲਿਆਂ ਨੂੰ ਗਾਉਣ ਵਾਲਿਆਂ ਨੂੰ ਗਾਉਣ ਵਾਲਿਆਂ ਤੇ ਆਪਾਂ ਬੜਾ ਲੰਬਾ ਦਿੰਨੇ ਯਾਰ ਵੀ ਗਾਉਣ ਵਾਲੇ ਜਿਹੜੇ ਹੈ ਨਾ ਕੁੱਠਾ ਕਉਂਦੇ ਪੁੱਠਾ ਕਉਂਦੇ ਨਹੀਂ ਮੈਂ ਸਮਝਦਾ ਗਾਉਣ ਵਾਲੇ ਉਹੀ ਗਾਉਣਗੇ ਜੋ ਸਮਾਜ ਦੇ ਵਿੱਚ ਹੋ ਵਾਪਰ ਰਿਹਾ ਵਾਪਰ ਰਿਹਾ ਬਿਲਕੁਲ ਸਹੀ ਗੱਲ ਜੇ ਸਮਾਜ ਦੇ ਵਿੱਚ ਉਹ ਗੈਂਗਸਟਰ ਪੈਦਾ ਹੋਣਗੇ ਤਾਂ ਗਾਉਣ ਵਾਲਿਆਂ ਨੇ ਤਾਂ ਜੀ ਉਹਨਾਂ ਨੇ ਤਾਂ ਆਪਣਾ ਜਿਹੜਾ ਹੈਗਾ ਆਪਣੀ ਕਮਾਈ ਕਰਨੀ ਹੈ ਜੀ ਜੀ ਲਿਖਣ ਵਾਲੇ ਇਹੋ ਜਿਹੇ ਗੀਤ ਲਿਖਣਗੇ ਤੇ ਗਾਉਣ ਵਾਲੇ ਉਹ ਗਾਉਣਗੇ ਬਿਲਕੁਲ ਜੀ ਜੇ ਦੇਸ਼ ਭਗਤੀ ਦੀ ਜੰਗ ਜੰਗ ਲੱਗੀ ਹੋਈ ਹੈ ਤੇ ਲਿਖਣ ਵਾਲਿਆਂ ਨੇ ਵੀ ਉਹੀ ਲਿਖਣਾ ਤੇ ਗਾਉਣ ਵਾਲਿਆਂ ਨੇ ਵੀ ਉਹੀ ਕਰਨੇ ਹੂੰ ਤੇ ਜੇ ਲੋਕਾਂ ਦੀ ਹੋਂਦ ਦੇ ਸਵਾਲ ਦੀ ਲੜਾਈ ਲੜੀ ਜਾ ਰਹੀ ਹੈ ਤੇ 3 ਮਹੀਨੇ ਹੋ ਗਏ ਤੁਸੀਂ ਕਿਤੇ ਦਿਖਾਓ ਤੁਹਾਨੂੰ ਕਿਸੇ ਵੀ ਗਾਉਣ ਵਾਲੇ ਤੋਂ ਜੀ ਕੋਈ ਗੈਂਗਸਟਰਾਂ ਨੂੰ ਜਾਂ ਕੋਈ ਨਸ਼ਿਆ ਪੱਤਿਆਂ ਨੂੰ ਪ੍ਰਮੋਟ ਕਰਨ ਵਾਲਾ ਗੀਤ ਦੇਖਿਆ ਕਿਤੇ ਨਾ ਕਿਤੇ ਕੋਈ ਹਥਿਆਰਾਂ ਵਾਲੀ ਗੱਲ ਦੇਖੀ ਹੈ ਲੜਾਈ ਮੁੱਕ ਗਈ ਹੁਣ ਆ ਜਿਹੜੀ ਇੱਥੇ ਲੜੀ ਜਾਂਦੇ ਸੀ ਹਾਂ ਇਹ 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 ਸਾਰਾ ਕੁਝ ਕਿਉਂ ਹੋਇਆ ਇਹ ਇਸ ਕਰਕੇ ਹੋਇਆ ਕਿਉਂਕਿ ਇਹ ਲੋਕ ਜਿਹੜੇ ਹੈਗੇ ਐ ਇਹ ਉਹਦੇ ਵਿੱਚੋਂ ਜਿਹੜਾ ਜਿਹਨਾਂ ਕਲਚਰ ਪੈਦਾ ਹੋ ਗਿਆ ਕਲਚਰ ਦੇ ਵਿੱਚੋਂ ਹੀ ਉਹਨਾਂ ਦਾ ਸਾਰਾ ਕੁਝ ਪੈਦਾ ਹੁੰਦਾ ਹੈ ਉਹਨਾਂ ਨੇ ਜੀ ਉਹਨਾਂ ਦੇ ਗੀਤ ਗਾਉਣੇ ਸ਼ੁਰੂ ਕਰਤੇ ਹੂੰ ਪੁੱਛਿਆ ਤੁਹਾਡੇ ਅਰਗੇ ਨੇ ਵੀ ਇਹ ਕੀ ਹੋ ਰਿਹਾ ਹੈ ਹੂੰ ਤਾਂ ਉਹ ਮੁੰਡੇ ਨੇ ਦੱਸਿਆ ਕਿ ਮੇਰੇ ਦਾਦਾ ਜੀ ਹੁਣ ਇਸ ਦੁਨੀਆ 'ਚ ਨਹੀਂ ਰਹੇ ਜੀ ਉਹ ਕਿਸਾਨ ਯੂਨੀਅਨ ਦੇ ਲੀਡਰ ਸੀ ਅੱਛਾ ਜੀ ਤੇ ਹਰ ਮੋਰਚੇ ਦੇ ਵਿੱਚ ਮੂਰੇ ਜਾਂਦੇ ਹੁੰਦੇ ਸੀ ਅੱਛਾ ਜੀ ਉਹ ਤਾਂ ਹੁਣ ਨਹੀਂ ਰਹੇ ਹਾਂ ਹਾਂ ਤੇ ਉਹਨਾਂ ਦੀਆਂ ਜਥੇਬੰਦੀਆਂ ਲੜ ਰਹੀਆਂ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਲੜ ਰਹੀਆਂ ਨੇ ਤੇ ਅਸੀਂ ਤਾਂ ਇਸ ਤਰ੍ਹਾਂ ਮਨਾਉਣੀ ਹੂੰ ਹੂੰ ਇੱਕ ਹੋਰ ਮੁੰਡਾ ਜੀ ਉਹਦਾ ਨਾਂ ਨਹੀਂ ਹੈਗਾ ਮੇਰੇ ਕੋਲੇ ਜੀ ਉਹ ਜਿਹੜਾ ਆਪਣਾ ਸੰਗਰੂਰ ਇੱਕ ਹੈ ਨਾ ਪੀਜੀਆਈ ਦਾ ਹਾਂ ਹੈਗਾ ਜੀ ਉਹ ਜਿਹੜਾ ਸੈਂਟਰ ਬਣਿਆ ਹੋਇਆ ਹਸਪਤਾਲ ਪੀਜੀਆਈ ਕੈਂਸਰ ਕੈਂਸਰ ਦਾ ਤੇ ਉਸਕੇ ਜਿਹੜੇ ਪੁਰਾਣੇ ਟੀਵੀ ਹਸਪਤਾਲ ਦੇ ਵਿੱਚ ਪੀਜੀਆਈ ਬਣਿਆ ਜਿਹੜਾ ਜਿਹੜਾ ਹੈਪੀ ਜੀ ਪੀਜੀਆਈ ਬਣਿਆ ਹੋਇਆ ਜਿਹੜਾ ਜਿਹੜਾ ਪੀਜੀਆਈ ਬਣਿਆ ਹੋਇਆ ਉਹ ਪੀਜੀਆਈ ਦੇ ਵਿੱਚੋਂ ਮੁੰਡਾ ਟੈਕਨੀਸ਼ੀਅਨ ਹੈ ਹੂੰ 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 ਲਓ ਜੀ ਉਹਦੀ ਵੀ ਸ਼ਾਦੀ ਹੋ ਰਹੀ ਹੈ ਜੀ ਤੇ ਉਹ ਵਿਆਹ ਵਾਸਤੇ ਜਾ ਰਿਹਾ ਹੈ ਪਟਿਆਲੇ ਨੂੰ ਜੀ ਬਰਾਤ ਜਾ ਰਹੀ ਹੈ ਗੱਡੀਆਂ ਦੇ ਵਿੱਚ ਤੇ ਜਦੋਂ ਕਾਲਾ ਝਾੜ ਹਾਂ ਬੜਾ ਜਿਹੜਾ ਟੋਲ ਪਲਾਜਿਆ ਹੈ ਉਥੋਂ ਦੀ ਨਿਕਲ ਲੱਗੇ ਅੱਗੇ ਤਾਂ ਉੱਥੇ ਫਿਰ ਗੁੰਡਾ ਟੈਕਸ ਹੁੰਦਾ ਸੀ ਹੂੰ ਹੂੰ ਗੁੰਡਾ ਟੈਕਸ ਹੈ ਨਾ ਤੇ ਉਹਨੇ ਨਾਲ ਦੀ ਨਾਲ ਹੀ ਕਹਿੰਦਾ ਗੱਡੀ ਰੋਕ ਦੇ ਜੀ ਜੀ ਕਹਿੰਦਾ ਕੀ ਗੱਲ ਹੈ ਕਹਿੰਦਾ ਮੈਂ ਆਪਦੀ ਰਸਮ ਤਾਂ ਪੂਰੀ ਕਰਦੇ ਨਾ ਧਰਨੇ ਵਾਲਿਆਂ ਦੇ ਨਾਲ ਧਰਨੇ 'ਚ ਹੀ ਬਹਿ ਗਿਆ ਅੱਛਾ ਜੀ ਪਹਿਲਾਂ ਉਹਨੇ ਧਰਨੇ 'ਚ ਬੈਠਾ ਧਰਨੇ 'ਚ ਬੈਠਣ ਤੋਂ ਬਾਅਦ ਉੱਥੇ ਜਿਹੜਾ ਉਹਨੇ ਆਪਦਾ ਲਾ ਕੇ ਉਹਨਾਂ ਨੂੰ ਬੁਲਾ ਕੇ ਸਸਰੀਕਾਲ ਜੀ ਕਿ ਲੋ ਜੀ ਮੇਰੀ ਹਾਜ਼ਰੀ ਵੀ ਲਿਖ ਲਿਓ ਹੂੰ ਬਰਾਤੀ ਵੀ ਨਾਲ ਧਰਨੇ 'ਚ ਬਹਿ ਗਏ ਤੇ ਫਿਰ ਉਹ ਜਿਹ ਗਿਆ ਆਪਦਾ ਵਿਆਹ ਕਰਵਾਉਣ ਵਾਸਤੇ ਅਨੰਦ ਕ ਹਾਂ ਜੀ ਆਪਣਾ ਟਾ ਮਲੋਟ ਵਾਲਾ ਮਲੋਟ ਵਾਲਾ ਹੈਪੀ ਖੇੜੇ ਦੀ ਕੀ ਸਥਿਤੀ ਹੋਈ ਵੀ ਹੈਪੀ ਖੇੜੇ ਦਾ ਕਈ ਦਿਨਾਂ ਤੋਂ ਨਾ ਉਹ ਆਪਣੇ ਸੱਜਣਾ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਯਾਰ ਮੇਰਾ ਜੀ ਕਰਦਾ ਹੈ ਜੀ ਵੀ ਮੈਂ ਜਾਵਾਂ ਸਿੰਗੂ ਬਾਰਡਰ ਤੇ ਜੀ ਜਾਂ ਮੈਂ ਟਿਕਰੀ ਬਾਰਡਰ ਤੇ ਜਾਵਾਂ ਲੋਕ ਲੜ ਰਹੇ ਇੱਕ ਮੈਂ ਬੰਦੇ ਜਿਹੜੇ ਪਰਿਵਾਰ ਹਨ ਖੇੜਿਆਂ ਦਾ ਮਲੋਟ ਵਾਲਾ ਤੁਹਾਨੂੰ ਪਤਾ ਵੀ ਇਹ ਬੰਦੇ ਥੋੜੇ ਜਿਹੇ ਹੈਗੇ ਬੱਕਰੀ ਲਈ ਪਾਉਂਦੇ ਹੁੰਦੇ ਹਾਂਜੀ ਹਾਂਜੀ ਤੇ ਮੈਂ ਜਾਵਾਂ ਕਹਿੰਦੇ ਜੀ ਵੇਖ ਲਓ ਥੋੜੀ ਮਰਜ਼ੀ ਚਲਾ ਗਿਆ ਜੀ ਜਾਣ ਤੋਂ ਪਹਿਲਾਂ ਜਿਹੜੀ ਉਹਨੂੰ ਕੀ ਸੁਝੀ ਜੀ ਮੇਰੀ ਵੀ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਜੀ ਮੈਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਵੇਖਿਆ ਵੀ ਅਨ ਦਾਤੇ ਨੂੰ ਖਾਲਸਤਾਨੀ ਕਹੀ ਜਾਂਦੇ ਹੂੰ ਵੀ ਇਹ ਤਾਂ ਖਾਲਸਤਾਨੀ ਹੈ ਤਾਂ ਖਾਲਸਤਾਨੀ ਹੈ ਉਹਨੇ ਕੀ ਕੀਤਾ ਅਖਬਾਰਾਂ ਦੇ ਵਿੱਚ ਕੁਝ ਤਸਵੀਰਾਂ ਦੇਖ ਲਈਆਂ ਜੀ ਜਿਹੜੇ ਲੋਕ ਉੱਥੇ ਗਏ ਹੋਏ ਐ ਅੰਦੋਲਨ ਦੇ ਵਿੱਚ ਅੰਦੋਲਨ ਦੇ ਵਿੱਚ ਉਹਦੇ ਵਿੱਚ ਵੱਡੇ ਵੱਡੀ ਉਮਰ ਦੇ ਅਪਾਹਜ ਬਜ਼ੁਰਗ ਤੇ ਬਜ਼ੁਰਗੀਆਂ ਹਾਂ ਜੀ ਬਿਲਕੁਲ ਸਹੀ ਨਹੀਂ ਕਰ ਉਹਨੇ ਤਿੰਨ ਤਸਵੀਰਾਂ ਲੈ ਲਈਆਂ ਤਿੰਨ ਤਸਵੀਰਾਂ ਲੈ ਕੇ ਉਹ ਕਹਿੰਦਾ ਲਓ ਜੀ ਆਹ ਬਣਾਓ ਇਹਦਾ ਫਲੈਕਸ ਬਣਾ ਲਈ ਵੱਡੀ ਹੂੰ ਤੇ ਫਲੈਕਸ ਦੇ ਉੱਤੇ ਉਹਨੇ ਕੀ ਲਿਖਤਾ ਕਿ ਜੇ ਅੰਨ ਦਾਤਾ ਖਾਲਸਤਾਨੀ ਹੈ ਹੂੰ ਤਾਂ ਮੈਂ ਵੀ ਹਿੰਦੂ ਖਾਲਸਤਾਨੀ ਆ ਜੀ ਤੇ ਤਿੰਨ ਚਾਰ ਦਿਨ ਹੋ ਗਏ ਜੀ ਉਹ ਆਪਦੀ ਫਲੈਕਸ ਲੈ ਕੇ ਤੜਕੇ ਜਾ ਕੇ ਖੜ੍ਹ ਜਾਂਦਾ ਉੱਥੇ ਹੂੰ ਸਾਰਾ ਮਤਲਬ ਲੋਕਾਂ ਨੂੰ ਦਿਖਾਈ ਜਾਂਦੇ ਕਿ ਆਪਣੇ ਹੱਕ ਮੰਗਣ ਦਾ ਮਤਲਬ ਜੇ ਖਾਲਸਤਾਨੀ ਹੈ ਹੂੰ ਤੇ ਫਿਰ ਅਸੀਂ ਸਾਰੇ ਖਾਲਸਤਾਨੀ ਆ ਕਿਉਂਕਿ ਇਹ ਜਿਹੜੀ ਬਹੁਤ ਵੱਡੀ ਚਪੇੜ ਹੈ ਗੋਦੀ ਮੀਡੀਆ ਦੀ ਗੋਦੀ ਮੀਡੀਆ ਬਿਲਕੁਲ ਸਹੀ ਗੋਦੀ ਮੀਡੀਆ ਦੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਵੀ ਗੱਲਾਂ ਆ ਰਹੀਆਂ ਅੱਜ ਇੱਕ ਅੱਜ ਕੇਂਦਰ ਦਾ ਕਬਜ਼ੀਰ ਹੂੰ ਉਨੇ ਸ਼ੇਰ ਦੇ ਪੁੱਤ ਨੇ ਹੋਰ ਹੀ ਕਹਿਤਾ ਉਹ ਤਾਂ ਉਹ ਕਹਿੰਦਾ ਜੀ ਪਤਾ ਨਹੀਂ ਕੀ ਉਹ ਹੋਰ ਉਹਦਾ ਨਾਂ ਵੀ ਕਲੱਲਾ ਜਾਈ ਹੈ ਮੇਰੇ ਤਾਂ ਜੀਪ ਤੇ ਨਾ ਹੀ ਨਹੀਂ ਚੜਦਾ ਹਾਂ ਉਹ ਕਹਿੰਦਾ ਕਹਿੰਦਾ ਇਹ ਜੋ ਕੁਛ ਜਿਹੜੇ ਕਹਿੰਦਾ ਅੰਦੋਲਨਕਾਰੀ ਹੈ ਨਾ ਜਿਹੜੇ ਦਿੱਲੀ ਦੇ ਬਾਡਰਾਂ ਤੇ ਬੈਠੇ ਹੈ ਇਹ ਕਹਿੰਦਾ ਪਾਕਿਸਤਾਨ ਦੇ ਤੇ ਜਿਹੜੇ ਹੈਗੇ ਚੀਨ ਦੇ ਚੁੱਕੇ ਹੋਏ ਹੈ ਲਾ ਦੱਸੋ ਮਤਲਬ ਹੁਣ ਖਾਲਸਤਾਨੀਆਂ ਤੋਂ ਵੀ ਗੱਲ ਗਾਟ ਆ ਗਈ ਅੱਛਾ ਇੱਕ ਹੋਰ ਚੀਜ਼ ਹੈ ਡਵੈਲਪਮੈਂਟ ਢਿੱਲੋ ਸਾਹਿਬ ਹਾਂਜੀ ਇੱਕ ਨਵਾਂ ਸ਼ੋਸ਼ਾ ਛੱਟਤਾ ਹਾਂਜੀ ਕਹਿੰਦੇ ਜੀ ਵੀ ਜਿਹੜੇ ਆਪਣੇ ਆਈਐਸਆਈ ਹੈ ਹਾਂਜੀ ਦੇ ਖਾਲਸਤਾਨੀਆਂ ਦੇ ذریعے ਕਹਿੰਦੇ ਫੌਜ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਭੜਕਾ ਰਹੀ ਹੈ ਬਾਰਡਰ ਤੇ ਬੈਠੇ ਨੇ ਫੌਜ ਦੇ ਜਵਾਨ ਗਏ ਕਿਨਾਂ ਚੋਂ ਹੈ ਫੌਜ ਦੇ ਜਵਾਨਾਂ ਨੇ ਆਪਣੇ ਘਰਾਂ ਦੀ ਹਾਲਤ ਨਹੀਂ ਦੇਖੀ ਪਹਿਲੀ ਗੱਲ ਤਾਂ ਵੀ ਫੌਜ ਦੇ ਜਿਹੜੇ ਜਵਾਨ ਹੈ ਉਹ ਭਰਤੀ ਕੀ ਹੁੰਦੇ ਹੈ ਲੈਫਟੇਨੈਂਟ ਦੀ ਭਰਤੀ ਹੁੰਦੀ ਨਾ ਉਹ ਤਾਂ ਸਪਾਈ ਭਰਤੀ ਹੁੰਦੇ ਉਹ ਤਾਂ ਬਚਾਰੇ 10-10 ਜਮਾਤਾਂ ਬੜੇ ਸਿਪਾਹੀ ਭਰਤੀ ਸਿਪਾਹੀ ਉਹ ਭਰਤੀ ਹੁੰਦਾ ਮਰਨ ਵਾਸਤੇ ਮਾਂ ਬਾਪ ਉਸ ਬੱਚੇ ਨੂੰ ਭੇਜਦੇ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕਦੀ ਰੋਟੀ ਨਹੀਂ ਪੱਕਦੀ ਹਾਂ ਯਾਗਲੇ ਇਸ ਗਲ ਤੋਂ ਡਰਦੇ ਆ ਵੀ ਬੱਚਾ ਗਲਤ ਰਸਤੇ ਨਾ ਪੈ ਜਾਈਂ ਹੂੰ ਹੂੰ ਗੈਂਗਸਟਰਾਂ ਵਾਲੀ ਕਹਾਣੀ ਵੀ ਹੈ ਨਸ਼ੇ ਪੱਤੇ ਵਾਲੀ ਵੀ ਹੈ ਕਰ ਨਸ਼ੇ ਪੱਤੇ ਵਾਲਾ ਦਾ ਬਹੁਤ ਸਾਰਾ ਜਿਹੜਾ ਭਰਮਾ-ਲੋਕਾਂ ਦਾ ਟੁੱਟ ਗਿਆ ਹੂੰ ਹੂੰ ਕਿਉਂਕਿ ਜੇ ਪੰਜਾਬੀ ਜਿਵੇਂ ਕਹਿੰਦੇ ਨੇ ਉਡਦਾ ਪੰਜਾਬ ਹੂੰ ਹੂੰ ਉਹ ਕਿਹਨੇ ਲਿਖਿਆ ਕਹਿੰਦਾ ਉਡਦਾ ਪੰਜਾਬ ਨਹੀਂ ਉੱਡ ਕੇ ਦਿੱਲੀ ਪਹੁੰਚਿਆ ਪੰਜਾਬ ਦੇਖੋ ਬਿਲਕੁਲ ਬਿਲਕੁਲ ਜਿਹੜੇ 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 ਐਡੇ-ਐਡੇ ਕਹਿੰਦੇ ਬੈਰੀਕੇਡ ਲਾਏ ਪਏ ਸੀ ਤੇ ਜਿਵੇਂ ਉਹ ਪਹਿਲਾਂ ਆਪਾਂ ਸੁਣਦੇ ਹੁੰਦੇ ਆ ਆਪਣਾ ਭਗਤਾ ਭਾਈ ਕਾ ਹੂੰ 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 ਭਗਤਾ ਭਾਈ ਕੇ ਕਿਤੇ ਰਾਤ ਤੇ ਰਾਤ ਜਿਹੜੇ ਕੋਈ ਉਦਮੀ ਲੋਕ ਸੀ ਤੇ ਤਰਕੇ ਨੂੰ ਕਹਿੰਦੇ ਵੀ ਇਹ ਕੀ ਹੋ ਗਿਆ ਕਹਿੰਦੇ ਰਾਤ ਭੂਤਾਂ ਖੂ ਲਾਗੀਆਂ ਖੂ ਲਾਗੀਆਂ ਤੇ ਉਹ ਅੱਜ ਤੱਕ ਵੀ ਲੋਕਾਂ ਨੂੰ ਭੂਤਾਂ ਵਾਲਾ ਖੂ ਕਹਿੰਦੇ ਹੂੰ ਹੂੰ ਉਹ ਇਹ ਤਾਂ ਕਹਿੰਦੇ ਸੀ ਉੱਡਦਾ ਪੰਜਾਬ ਤੇ ਉਹਨਾਂ ਨੇ ਜਿਹੜੇ ਸੀ ਨਾ ਬਾਹਰ ਡਾਡੇ ਪੱਥਰ ਲਾਏ ਤੇ ਪਤਾ ਨਹੀਂ ਕੀ ਦੀ ਕੀ ਐ ਚੱਕ ਕੇ ਜਵਾਨਾਂ ਨੇ ਮਤਰਾਉ ਦੀ ਆਉ ਪਤਾ ਨਹੀਂ ਕਿੱਧਰ ਮਾਰੇ ਚਲਾ ਚਲਾ ਕੇ ਉਹ ਇਸ ਤਰ ਕਰਕੇ ਗਏ ਇਹ ਭਲੇਖਾ ਤਾਂ ਉੱਡ ਗਿਆ ਪਰ ਜਿਹੜੇ ਮਾਪੇ ਮਤਲਬ ਆਪਣੇ ਬੱਚਿਆਂ ਨੂੰ ਤੋੜਦੇ ਹੂੰ ਹੂੰ ਜੰਗ ਵਾਲੇ ਪਾਸੇ ਨੂੰ ਫੌਜ ਦੇ ਵਿੱਚ ਭਰਤੀ ਕਰਨ ਵਾਸਤੇ ਉਹ ਪਹਿਲਾਂ ਇਹ ਮੰਨ ਕੇ ਤੁਰਦੇ ਆ ਕਿ ਉਹ ਦਿਨ ਵੀ ਆ ਸਕਦਾ ਜੀ ਔਰਤ ਮਹਾਰਾਣੀ ਤੁਸੀਂ ਇਹ ਦੇਖੋ ਲੰਬੀ ਹਲਕੇ ਦੇ ਵਿੱਚ ਇੱਕ ਮੁੰਡਾ ਸ਼ਹੀਦ ਲੰਬੀ ਹਲਕੇ ਦਾ ਮੁੰਡਾ ਸ਼ਹੀਦ ਹੋਇਆ ਹੈ ਬਾਡਰ ਤੇ ਹੂੰ ਹੂੰ ਜਦੋਂ ਬਾਡਰ ਤੇ ਸ਼ਹੀਦ ਹੋਇਆ ਉਹਦਾ ਪਿਓ ਉੱਥੇ ਧਰਨੇ ਸੰਗਾਰਸ਼ ਚ ਬੈਠਾ ਸੀ ਉਹਨੂੰ ਇਨਫਾਰਮੇਸ਼ਨ ਉੱਥੇ ਮਿਲਦੀ ਹੈ ਵੀ ਤੇਰਾ ਬੱਚਾ ਸ਼ਹੀਦ ਹੋ ਗਿਆ ਉੱਥੋਂ ਨੇ ਆ ਕੇ ਆਪਦੇ ਬੱਚੇ ਦਾ ਸੰਸਕਾਰ ਕੀਤਾ ਇਹ ਲੋਕ ਕੌਣ ਨੇ ਉਹਨਾਂ ਚੁਗੇ ਵੀ ਹੈ ਉਹਨਾਂ ਨੂੰ ਕੌਣ ਪ੍ਰਮੋ ਆਪਣਾ ਜਿਹੜਾ ਹੈਗਾ ਦੱਸੂਗਾ ਵੀ ਦੱਸੂਗਾ ਉਹਨੂੰ ਆਪ ਨੂੰ ਨਹੀਂ ਦਿੱਦੀ ਕਿ ਸਾਡੇ ਪਿਓ ਹਰੀ ਕਿੱਥੇ ਬੈਠੇ ਹੂੰ ਹੂੰ ਸਾਡੇ ਭਰਾ ਕਿੱਥੇ ਬੈਠੇ ਉਹਨਾਂ ਦੀ ਹਾਲਤ ਕੀ ਹੈ ਜੀ ਕੋਈ ਕਿਸੇ ਦਾ ਜਿਹੜਾ ਕਹਦੇ ਹੋ ਇਹਦਾ ਜੀ ਪਹਿਲਾਂ ਅਸੀਂ ਕੈਪਟਨ ਅਮਰਿੰਦਰ ਸੋਨ ਨੇ ਚੱਕਦੀ ਹੂੰ ਹੂੰ ਫਿਰ ਹੁਣ ਕੰਨ ਥੋੜਾ ਜਿਆਦਾ ਬਾਦਲ ਕਹਿੰਦੇ ਵੀ ਲਾਗੇ ਕਰਨ ਮੜਾ ਮੋਟਾ ਜਿਹਾ ਉਧਰੋਂ ਸਿੱਟਣ ਲੱਗੇ ਜੀ ਹੁਣ ਦੇਖਿਆ ਵੀ ਇਹ ਗੱਲ ਤਾਂ ਚਲਦੀ ਨਹੀਂ ਕਿ ਖਾਲਸਤਾਨ ਵਾਲੀ ਗੱਲ ਵੀ ਨਹੀਂ ਚਲਦੀ ਹੂੰ ਹੂੰ ਹੁਣ ਫਿਰ ਉਹ ਚੀਨ ਤੇ ਪਾਕਿਸਤਾਨ ਵਾਲੀ ਗੱਲ ਆ ਗਈ ਤੇ ਫੌਜ ਵਾਲੇ ਪਾਸੇ ਵੀ ਜੋੜ ਦੇਣਗੇ ਕੋਈ ਫਿਰ ਉਹ ਦੇਸ਼ ਭਗਤੀ ਵਾਲਾ ਮਾਮਲਾ ਜੋੜਨਾ ਹੁੰਦਾ ਚਲੋ ਸਾਬ ਦੇਖੋ ਤੁਹਾਨੂੰ ਯਾਦ ਹੋਊਗਾ 1978 ਕੇ ਚ ਪੰਜ ਦਾ ਨੋਟ ਨਵਾਂ ਆਇਆ ਹਾਂਜੀ 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 ਉਹਦੇ ਪਿੱਛੇ ਇੱਕ ਟਰੈਕਟਰ ਕਿਉਂਕਿ ਉਹ ਖੇਤੀ ਗ੍ਰੀਨ ਰੈਵਿਊਲੇਸ਼ਨ ਨੂੰ ਦਿਖਾਉਂਦਾ ਤੇ ਜੱਟ ਜਿਹੜਾ ਕਰਲਾਸਕ ਟਰੈਕਟਰ ਦੇ ਮਗਰ ਭਲਾਉ ਪਾਉਂਦਾ ਦਿਖਾਇਆ ਸੀ ਹਾਂਜੀ ਹਾਂਜੀ ਦੇਖੋ ਵੀ ਉਦੋਂ ਅਨੰਦਾਤੇ ਦੀਆਂ ਤੁਸੀਂ ਨੋਟਾਂ ਦੇ ਤੁਸੀਂ ਤਸਵੀਰਾਂ ਲਾਉਂਦੇ ਸੀ ਲਾਉਂਦੇ ਸੀ ਹਾਂਜੀ ਹਾਂਜੀ ਤੇ ਅੱਜ ਆ ਜੋ ਲੋ ਬਿਲ ਕੀ ਜਾਂਦਾ ਹੈ ਬਿਲ ਕੀ ਜਾਂਦਾ ਅਨਜ਼ਾਤਾ ਜਾ ਕੇ ਹੱਦ ਹੱਦਾਂ ਦੇ ਉੱਤੇ ਮਤਲਬ 80 ਸਾਲ ਦੇ 90 90 ਸਾਲ ਦੇ ਬੁਢੇ ਆ ਜਿਹੜੇ ਉਹ ਧਰਤੀ ਦੇ ਉੱਤੇ ਵਿਚਾਰੇ ਆਪਦੇ ਹੱਡ ਰਗੜਾਉਂਦੇ ਰਾਤਾਂ ਨੂੰ ਉੱਥੇ ਪੈਂਦੇ ਪਰ ਇੱਕ ਹੋਰ ਗੱਲ ਬੜੀ ਵਧੀਆ ਹੈ ਜੀ ਹਮ ਹਮ ਇੱਕ ਨੇ ਕਿ ਲਿਖਤਾ ਆਪਾਂ ਵੀ ਕਈ ਵਾਰੀ ਕਹਿ ਦਿੰਨੇ ਆ ਜੀ ਵੀ ਜਿਹੜੀ ਉਹ ਵੇਖੋ ਠੰਡੀ ਚੱਖ ਰਾਤ ਹਮ ਉਹ ਫਲਾਣਾ ਤੇ ਕਹ ਉਹਥੇ ਕਿਸੇ ਬਾਬੇ ਨੂੰ ਪੁੱਛ ਲਿਆ ਜਾ ਕੇ ਇੱਕ ਪੱਤਰਕਾਰ ਨੇ ਬੀਬੀਸੀ ਦਾ ਪੱਤਰਕਾਰ ਸੀ ਕਹਿੰਦਾ ਤੈਨੂੰ ਪਾਲਾ ਨਹੀਂ ਲੱਗਦਾ ਕਹਿੰਦਾ ਕਾਦਾ ਹਮ ਕਹਿੰਦਾ ਪੋਹ ਦੀ ਰਾਤ ਆ ਕਹਿੰਦਾ ਪੋਹ ਦੇ ਵਿੱਚ ਤਾਂ ਪਾਣੀ ਲਾਉਣੇ ਹੁੰਦੇ ਅਸੀਂ ਹਾਂ ਕਣਕਾ ਨੂੰ ਹਾਂ ਏ ਬੈਠੇ ਕਹਿੰਦਾ ਕੰਬਲ ਪਏ ਆ ਟਰਾਲੀ ਦੇ ਵਿੱਚ ਕਹਿੰਦਾ ਉੱਪਰ ਆ ਕੇ ਆਰਾਮ ਨਾਲ ਬੈਠੇ ਕਹਿੰਦਾ ਸਾਨੂੰ ਕੀ ਹੁੰਦਾ ਹਾਂ ਹਾਂ ਉਹ ਜਦੋਂ ਉਹ ਗੱਲ ਇਹ ਕਹਿ ਰਹੇ ਸੀ ਉਹ ਬਾਬਾ ਜਵਾਬ ਦੇ ਜਾਂਦਾ ਸੀ ਉਦੋਂ ਹੁਕਰਾ ਬਜੀ ਜਾਂਦਾ ਸੀ ਕਦਾ ਇੱਕ ਕੋਈ ਭਾਈ ਹੁਕਰਾ ਮਾਰੀ ਜਾਂਦਾ ਸੀ ਵੀ ਭਾਈ ਦੁੱਧ ਛਕ ਲੋ ਦੁੱਧ ਹੂੰ ਇਸ ਦੁੱਧ ਦੇ ਵਿੱਚ ਹਣੀ ਵੀ ਪਾਇਆ ਹੋਇਆ ਸ਼ਾਇਦ ਵੀ ਪਾਇਆ ਹੈ ਛੁਆਰੇ ਵੀ ਪਾਏ ਹੋਏ ਹੈ ਫਲਾਣਾ ਕੁਝ ਪਾਇਆ ਹੋਇਆ ਉਹਨੂੰ ਜਿੱਥੇ ਇਹ ਕੁਝ ਜਿਹੜਾ ਹੈ ਉਹ ਮੈਂ ਇਸ ਚਟਕਾਰਾ ਜਿਹਾ ਲੈਂਦੇ ਇੱਕ ਲਿਖਿਆ ਮੈਂ ਦੋ ਅੱਖਰ ਫੇਸਬੁਕ ਤੇ ਪਾਏ ਆ ਕੋਈ ਬਾਬਾ ਪੁੱਠਾ ਬੁੜਿਆ ਹੈ ਜੀ ਹਾਂ ਹਾਂ ਤੇ ਅੰਬੋਂ ਨੇ ਦਿੱਤੀ ਉਹਨੂੰ ਚਾਹ ਉਨੇ ਮਾ ਬਾਟੀ ਮਾਰੀ ਮੜਕਾ ਕੇ ਕਹਿੰਦਾ ਮੈਂ ਤੇਰੀ ਬੱਕਲ ਗੱਤੀ ਦੀ ਚਾਹ ਕੇ ਪੀਵਾਂ ਚੱਜ ਦੀ ਪੀ ਕਹਿੰਦੀ ਉੱਥੇ ਤੈਨੂੰ ਕੀ ਸੀ ਕਹਿੰਦਾ ਉੱਥੇ ਸ਼ਹਿਦ ਵਾਲਾ ਦੁੱਧ ਵਿੱਚ ਝੋਰੇ ਵਿੱਚ ਪਿੰਨੀਆਂ ਵਿੱਚ ਭਲਾਨਾ ਉਹ ਕਹਿੰਦੀ ਫਿਰ ਮੈਂ ਵੀ ਚਲਦੀ ਆ ਉੱਥੇ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਮਤਲਬ ਇਹਦੇ ਤੁਸੀਂ ਦੇਖੋ ਕਿ ਅੰਦੋਲਨ ਦੇ ਨਾਲ ਲੋਕਾਂ ਦਾ ਸਨੇ ਕਿੰਨਾ ਜੁੜਿਆ ਹੋਇਆ ਕੋਈ ਕਿਸੇ ਨੂੰ ਜਾਣਦਾ ਨਹੀਂ ਜੀ ਉਹ ਕੋਈ ਕੋਈ ਕਿਥੋਂ ਆਇਆ ਕੋਈ ਕਿਥੋਂ ਆਇਆ ਆਪਣੇ ਆਪ ਮਹਾਰੇ ਲੋਕ ਲੈ ਕੇ ਆ ਰਹੇ ਕਿਸਾਨਾ ਦਾ ਤਾਂ ਆਪਾਂ ਪਹਿਲਾਂ ਵੀ ਜਾ ਕੇ ਦੇਖਿਆ ਕਿ ਉਹਦਾ ਆਟਾ ਖੁੱਟਾ ਨਾਲ ਲੈ ਕੇ ਗਏ ਸੀ ਤਾਂ ਗੱਟੇ ਹੀ ਨਹੀਂ ਖੋਲੇ ਉਹ ਤਾਂ ਉਮੇ ਦਾ ਉਮੇ ਪੀ ਬਾਹਰੋਂ ਆ ਰਿਹਾ ਸਾਰਾ ਕੁਝ ਇਹਦਾਂ ਤੋ ਹੈ ਕਿ ਲੋਕਾਂ ਦਾ ਅੰਦੋਲਨ ਮਰ ਚੁੱਕੇ ਜੀ ਤੇ ਹੁਣ ਢਿੱਲੋ ਸਾਬ ਅਭੀਜੀਤ ਕਾਂਤ ਕੌਣ ਹੈ ਜੀ ਇਹ ਬੰਦਾ ਅਮਿਤab ਕਾਂਤ ਅਮਿਤab ਕਾਂਤ ਹਾਂ ਜਿਹੜਾ ਕਹਿੰਦਾ ਕਿ ਦੇਸ਼ 'ਚ ਕਹਿੰਦਾ ਸਖਤ ਸੁਧਾਰ ਅਸੰਭਵ ਨਹੀਂ ਇਹ ਕਿਉਂ ਕਹਿੰਦਾ ਸਖਤ ਅਮਿਤab ਕਾਂਤ ਜੀ ਇਹ ਜੀ ਇਹਨੂੰ ਆਪਾਂ ਕਹਿ ਸਕਦੇ ਆ ਇਹਨੂੰ ਸੀਓ ਕਹਿੰਦੇ ਆ ਨੀਤੀ ਆਯੋਗ ਦਾ ਚੀਫ ਐਗਜ਼ੀਕਿਊਟਿਵ ਅਫਸਰ ਹਾਂ ਹਾਂ ਨੀਤੀ ਆਯੋਗ ਦਾ ਪਹਿਲਾਂ ਤਾਂ ਮੇਰੇ ਖਿਆਲ ਆ ਵੀ ਜਿਹੜਾ ਪਲਾਨਿੰਗ ਕਮਿਸ਼ਨ ਹੁੰਦਾ ਸੀ ਪਹਿਲਾਂ ਪਹਿਲਾਂ ਪੰਜਾਬ ਪਲਾਨਿੰਗ ਕਮਿਸ਼ਨ ਦਾ ਚੇਅਰਮੈਨ ਨਹੀਂ ਹੁੰਦਾ ਸੀ ਡਿਪਟੀ ਚੇਅਰਮੈਨ ਹੁੰਦਾ ਸੀ ਜੀ 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 ਜਿਹੜਾ ਬਾਹਰੋਂ ਆਉਂਦਾ ਸੀ ਕਿਉਂਕਿ ਆਮ ਤੌਰ ਤੇ ਪਲਾਨਿੰਗ ਕਮਿਸ਼ਨ ਦਾ ਚੇਅਰਮੈਨ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ ਜੀ ਫਿਰ ਬਾਅਦ ਵਿੱਚ ਤਬਦੀਲੀਆਂ ਹੁੰਦੀਆਂ ਗਈਆਂ ਤੇ ਹੁਣ ਇਹਨਾਂ ਨੇ ਇਹ ਸੀਓ ਵਿੱਚ ਲੈ ਜਾਂਦਾ ਪਰ ਲਾਇਨਿੰਗ ਕਮਿਸ਼ਨ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਸਾਹਿਬ ਨੇ ਉਹ ਜਿਹੜਾ ਕਮ ਕਮਾਂਗੇ ਪਗਮਾ ਕਰਨ ਕਰਤਾ ਉਹਨੂੰ ਨੀਤੀਯੋਗ ਬਣਾਤਾ ਹੂੰ ਹੂੰ ਕਿਉਂਕਿ ਕਹਿੰਦੇ ਹੁਣ ਸਾਰਾ ਕੁਝ ਉਧਰੋਂ ਕਰ ਚੱਲੇ ਨਾ ਬਿਲਡਿੰਗਾਂ ਬੁਲਡੀਆਂ ਵੀ ਢਾਕੇ ਨਵੀਆਂ ਬਣਾਈਆਂ ਜਾ ਰਹੀਆਂ ਅੱਛਾ ਜੀ ਇਹ ਸਾਰਾ ਕੁਝ ਕਹਿੰਦੇ ਜਿਹੜੀਆਂ ਹੈ ਪ੍ਰਾਣੀਆਂ ਜਿਹੜੀ ਜਿਹੜੀ ਵਿਰਸਾ ਖਤਮ ਕਰਦੇ ਹੋ ਕਹਿੰਦੇ ਸਾਨੂੰ ਹੈਰੀਟੇਜ ਨਹੀਂ ਚਾਹੀਦਾ ਚਾਹੀਦਾ ਨਹੀਂ ਤੁਹਾਡੇ ਇਤਿਹਾਸ ਚ ਕੋਈ ਨਵਾਂ ਸਾਰੇ ਸਾਰਾ ਅਸੀਂ ਆਪਦੇ ਮੁਤਾਬਕ ਹੀ ਬਣਾਵਾਂਗੇ ਹਿੰਦੂ ਸੰਸਕ੍ਰਿਤੀ ਜਿਹੜੀ ਹੈਗੀ ਹੈ ਉਹਦੇ ਮੁਤਾਬਕ ਹੂੰ ਹੂੰ ਸੋ ਇਨ ਜਿਹੜਾ ਕਿਤੇ ਉਹ ਬੰਦਾ ਕੱਲ ਕਿਤੇ ਆਨਲਾਈਨ ਜੀ ਕਿਸੇ ਮਾਮਲੇ ਦੇ ਵਿੱਚ ਕਿਸੇ ਡਿਸਕਸ਼ਨ ਦੇ ਵਿੱਚ ਭਾਗ ਲੈ ਰਿਹਾ ਸੀ ਹੂੰ ਤੇ ਉਹਨੇ ਦੋ ਵਾਰੀ ਕਿਹਾ ਹੂੰ ਕਹਿੰਦਾ ਜੀ ਇਸ ਦੇਸ਼ ਦੇ ਵਿੱਚ ਜਿਹੜੇ ਹੈਗੇ ਤਿੱਖੇ ਆਰਥਿਕ ਸੁਧਾਰ ਹੈ ਜਿਹੜੇ ਉਹ ਸੰਭਵ ਨਹੀਂ ਹੂੰ ਕਿਉਂਕਿ ਕਹਿੰਦਾ ਡੈਮੋਕ੍ਰੇਸੀ ਇੱਥੇ ਥੋੜੀ ਜਿਹੀ ਜ਼ਿਆਦਾ ਹੀ ਲੋੜ ਤੋਂ ਜ਼ਿਆਦਾ ਇਹ ਲੋਕਤੰਤਰ ਲੋੜ ਤੋਂ ਜ਼ਿਆਦਾ ਹੈ। ਅੱਛਾ ਦੱਸੋ। ਲੋਕਤੰਤਰ ਲੋੜ ਤੋਂ ਘੱਟ ਵੀ ਹੁੰਦਾ ਹੈ। ਘੱਟਦਾ ਸੀ ਦੇਖਿਆ ਕਿ ਲੋਕਤੰਤਰ ਹੈ ਨਹੀਂ। ਲੋਕਤੰਤਰ ਦਾ ਗੜਾ ਘੁੱਟਦਾ ਲੇਕਿਨ ਲੋਕਤੰਤਰ ਜ਼ਿਆਦਾ ਹੈ। ਜੀ। ਇਹ ਗੱਲ ਕਹਿ ਦਿੱਤੀ ਜੀ। ਉਹਨੇ ਗੱਲ ਕਹਿ ਦਿੱਤੀ ਤੇ ਜਿਹੜੇ ਸੁਚੇਤ ਪੱਤਰਕਾਰ ਉਹਨੇ ਚੱਕ ਲਈ। ਹੂੰ ਹੂੰ। ਜਦੋਂ ਇਹ ਗੱਲ ਚੱਕ ਲਈ ਤੇ ਨਾਲ ਦੀ ਨਾਲ ਹੀ ਉਹਨੇ ਕਹਿਤਾ ਜੀ ਇਹ ਗਲਤ ਹੈ। ਜੀ। ਮੈਂ ਤਾਂ ਇਹ ਗੱਲ ਕਹੀ ਨਹੀਂ। ਹੂੰ। ਸਭ ਤੋਂ ਪਹਿਲਾਂ ਇਹਨੂੰ ਨਸ਼ਰ ਕੀਤਾ ਹਿੰਦੁਸਤਾਨ ਟਾਈਮਜ਼ ਨੇ। ਜੀ। ਜਿਹੜਾ ਉਹ ਦਿਲ ਜਿਲ ਉਹਨੇ ਬੋਲਿਆ ਜਿਹਦਾ ਉਹਦਾ ਟਵੀਟ ਸੀ ਜਾਂ ਜੋ ਵੀ ਉਹਦੀ ਲੈਂਗੁਏਜ ਸੀਗੀ ਜੀ ਉਹਦੀ ਆਵਾਜ਼ ਸੀ ਉਹਨਾਂ ਨੇ ਉਹ ਡਿਲੀਟ ਕਰਤੀ ਨਾਲ ਦੀ ਨਾਲ ਹੀ ਹਮ ਪਰ ਇੰਡੀਅਨ ਐਕਸਪ੍ਰੈਸ ਵਾਲੇ ਕਹਿ ਰਹੇ ਅੱਛਾ ਜੀ ਡਿਲੀਟ ਉਹਨਾਂ ਨੇ ਵੀ ਕਰਤੀ ਸੀ ਉਹਨੇ ਦੁਬਾਰਾ ਫੇਰ ਚਲਾਤੀ ਵੀ ਆ ਦੇਖੋ ਤੁਹਾਡੇ ਸਾਹਮਣੇ ਬੋਲੀ ਜਾਂਦਾ ਚਲੋ ਇੱਕ ਤਾਂ ਸਾਡੇ ਮੀਡੀਆ ਨੇ ਉਹ ਦੱਸਤਾ ਵੀ ਪਾਈ ਅਸੀਂ ਐਨ ਪੱਕੇ ਗੋਦੀ ਚ ਜੀ ਬੈਠੇ ਆ ਬਾਹਰ ਨਹੀਂ ਜਾਂਦੇ ਦੂਜਾ ਜਦੋਂ ਕਹਿੰਦਾ ਮੈਂ ਇਹ ਨਹੀਂ ਕੀਤਾ ਹੁਣ ਸਵਾਲ ਇਹ ਹੈ ਕਿ ਜੇ ਉਹਨੇ ਇਹ ਗੱਲ ਕਹੀ ਹੈ ਜੀ ਸਬੂਤ ਪਏ ਚੱਲੀ ਜਾਂਦਾ ਉਹਦਾ ਤਾਂ ਇਹ ਉਹਨੂੰ ਕਿਉਂ ਕਹਿਣ ਦੀ ਲੋੜ ਪਈ ਐਸੋੜੇ ਵਰਨਗਈ ਇਸ਼ੂ ਕੀ ਹੈ ਵਰਨਗਈ ਇਸ਼ੂ ਕਿਸਾਨ ਮੁੱਦਾ ਹੈ ਕਿਸਾਨ ਮੁੱਦਾ ਹੈ ਤਾਂ ਉਹ ਕਹਿੰਦਾ ਹੈ ਵੀ ਸਾਡੀ ਜਿਹੜੀ ਹੈਗੀ ਹੈ ਮੋਦੀ ਸਰਕਾਰ ਮੋਦੀ ਸਰਕਾਰ ਜਿਹੜੇ ਹੈਗੇ ਹੈ ਬਹੁਤ ਵੱਡੇ ਸੁਧਾਰ ਕਰਨਾ ਚਾਹੁੰਦੀ ਹੈ ਅੱਛਾ ਜੀ ਹਰ ਖੇਤਰ ਚ ਸੁਧਾਰ ਕਰਨਾ ਚਾਹੁੰਦੀ ਹੈ ਪਰ ਡੈਮੋਕ੍ਰੇਸੀ ਜਿਆਦਾ ਹੋਣ ਕਰਕੇ ਲੋਕ ਸਰਕਾਂ ਦੇ ਨਿਕਲ ਪੈਂਦੇ ਜਲਸੇ ਜਲੂਸ ਮੁਜਾਰੇ ਕਰਦੇ ਇਹਦਾ ਮਤਲਬ ਉਹ ਕਹਿੰਦੇ ਇਹਨਾਂ ਦੀ ਸੰਘੀ ਕੁੱਟਣ ਦੀ ਤਿਆਰੀ ਹੈ ਵੀ ਡਿਕਟੇਟਰ ਹੀ ਬਣਾ ਦੇ ਇਹਨੂੰ ਡਿਕਟੇਟਰ ਮਤਲਬ ਆਪਣੇ ਮਤਲਬ ਚੀਨ ਵਾਲਾ ਹਿਸਾਬ ਕਿਤਾਬ ਕਰਦੇ ਉਹਨਾਂ ਦੇ ਹਿਸਾਬ ਕਿਤਾਬ ਕਰਦੇ ਬਨਿਸ਼ਨ ਬਨ ਪਾਰਟੀ ਤੇ ਬਨ ਬਨ ਮਤਲਬ ਜਿਹੜਾ ਹੈਗਾ ਲੀਡਰ ਲੀਡਰ ਬੱਸ ਉਸੇ ਹਿਸਾਬ ਕਿਤਾਬ ਦਾ ਕਰਦਾ ਜਿਵੇਂ ਪੁੱਤਰ ਨੇ ਵੀ ਕਰਵਾ ਲੈਣਾ ਰੂਸ ਦੇ ਵਿੱਚ ਹੂੰ ਹੂੰ ਉਹਨੇ ਵੀ ਆਪ ਦਾ ਪਰ ਕਰਵਾ ਲਿਆ ਵੀ ਸ਼ਾਇਦ ਮਰਨ ਤੱਕ ਕੀ ਕੰਮ ਚੱਲੇ ਮਰਨ ਤੱਕ ਅੱਲੀ 30 35 ਸਾਲ ਦੀ ਉਹਦੀ ਜਿਹੜੀ ਔਕਰਾ ਦੀ ਵਸੀਤ ਕਰਾ ਲਈ ਵਸੀਤ ਕਰਾ ਲਈ ਉਮਰ ਵਿੱਚ ਸ਼ਾਇਦ ਉਹਦਰ ਨੂੰ ਪੈਣ ਦੀ ਬਸ ਇਤਨੀ ਰਜਿਸਟਰੀ ਕਰਾ ਲਈ ਇਤਿਨਕਾਲੀ ਕਹਿ ਲਗੀ ਹੈ ਭਾ ਇਤਿਨਕਾਲੀ ਕਰਾ ਲਿਆ ਇਤਿਨਕਾਲ ਵਾਲੀ ਗੱਲ ਕਰ ਲਈ ਤੇ ਇਤਿਨਕਾਲ ਇਹਦੇ ਤੋਂ ਲੱਗਦਾ ਵੀ ਇਹ ਕਰਾਉਣਾ ਚਾਹੁੰਦੀ ਹੁਣ ਜੇ ਆਪਾਂ ਇਹ ਦੇਖੀਏ ਕੀ ਆਰਥਿਕ ਸੁਧਾਰ ਜੀ ਮੇਰੇ ਖਿਆਲ ਮੁਤਾਬਕ ਜਿੰਨੀ ਕ ਆਪਣੀ ਉਮਰ ਹੈ ਆਪਣੀ ਉਮਰ ਦੇ ਵਿੱਚ ਆਪਾਂ ਦੇਖਿਆ ਕਿ 1991 ਦੇ ਵਿੱਚ ਇਸ ਦੇਸ਼ ਦੇ ਵਿੱਚ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਜੀ ਤੇ ਉਹਦਾ ਜਿਹੜਾ ਪ੍ਰਧਾਨ ਮੰਤਰੀ ਸੁਦਰ ਨਾਸੀਰ ਨਰਸਿਮਹਾ ਰਾਓ ਹੂੰ ਹੂੰ ਉਹ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੂੰ ਲੋਕ ਜਾਣਦੇ ਹੁੰਦੇ ਸੀ ਕਿ ਇਹ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਹੈ ਗਵਰਨਰ ਹੈ ਕਿਉਂਕਿ ਨੋਟਾਂ ਦੇ ਉੱਤੇ ਦਸਕਰ ਜਿਹੜੇ ਡਾਕਟਰ ਮਨਮੋਹਨ ਸਿੰਘ ਦੇ ਹੁੰਦੇ ਸੀ ਆਪਾਂ ਬੜੇ ਚਾਅ ਨਾਲ ਦੇ ਦੇਂਦੇ ਸੀ ਤਾਂ ਮਨਮੋਹਨ ਸਿੰਘ ਲਿਖਿਆ ਹੁੰਦਾ ਸੀ ਨਾ ਵੀ ਯਾਰ ਆ ਕੋਈ ਬੰਦਾ ਹੈਗਾ ਇਹ ਸਾਡਾ ਪੰਜਾਬ ਵਾਲਾ ਹਾਂ ਹਾਂ ਆਪਾਂ ਨੂੰ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਉਹ ਬੰਦਾ ਚੀਜ਼ ਕੀ ਜੇ ਮਨਮੋਹਨ ਸਿੰਘ ਮਨਮੋਹਨ ਸਿੰਘ ਨੂੰ ਉਹਦੇ ਵਿੱਚ ਬਣਾ ਲਿਆ ਸੀ ਜੀ ਖਜ਼ਾਨਾ ਮੰਤਰੀ ਜੀ ਔਰ ਉਦੋਂ ਆਰਥਿਕ ਸੁਧਾਰ ਹੋਈ ਸੀ ਹੂੰ ਹੂੰ ਤੇ ਮਨਮੋਹਨ ਸਿੰਘ ਨੇ ਬੜੀ ਤੇਜ਼ੀ ਨਾਲ ਜਿਹੜੇ ਆਰਥਿਕ ਸੁਧਾਰ ਲਾਗ ਅਸਰਕਿਵੇਂ ਤੁਸੀਂ ਐਸੀ ਕਿਉਂਕਿ ਉਹ ਤੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਚਾਹੇ ਬੀਪੀ ਸਿੰਘ ਦੀ ਸੀ ਚਾਹੇ ਚੰਦਰ ਸ਼ੇਖਰ ਦੀ ਸੀ ਉਹਨਾਂ ਸਰਕਾਰਾਂ ਦੇ ਦੌਰ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਸੋਨਾ ਹੈ ਜੀ ਅਸੀਂ ਉਹ ਵੀ ਕਹਿੰਦੇ ਕਰਤਾ ਸੀ ਹੂੰ ਹੂੰ ਸੋਨਾ ਕਿਸੇ ਦੇਸ਼ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ ਤੇ ਜਦੋਂ ਤੁਸੀਂ ਸੋਨਾ ਗਿਹੜੇ ਗਿਹੜੇ ਤਰ ਸਾਹਿਬ ਦਾ ਨਿਤ ਦਾ ਕੰਮ ਚਲਾਉਣ ਵਾਸਤੇ ਇਹਨਾਂ ਨੇ ਆਰਥਿਕ ਸੁਧਾਰ ਕੀਤੇ ਤੇ ਚਾਰ ਪੈਸਿਆਂ ਦਾ ਪ੍ਰਬੰਧ ਕੀਤਾ ਜੀ ਉਹਨਾਂ ਨਾਲ ਨਾਲੇ ਆਪਣਾ ਕੰਮ ਚਲਾਇਆ ਤੇ ਨਾਲ ਜਿਹੜਾ ਗਹਿਣੇ ਕੀਤਾ ਹੋਇਆ ਸੋਨਾ ਛਡਵਾਇਆ ਸੀ ਕੀ ਉਦੋਂ ਡੈਮੋਕ੍ਰੇਸੀ ਹੈ ਨਹੀਂ ਸੀ ਹੂੰ ਹੂੰ ਜੇ ਉਸ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਹੈਗੇ ਸੁਧਾਰ ਕੀਤੇ ਜਾ ਸਕਦੇ ਤੇ ਇਹਦੇ 'ਚ ਕਿਉਂ ਨਹੀਂ ਜੀ ਇਹਦਾ ਮਤਲਬ ਇਹ ਹੈ ਕਿ ਇਹ ਡੈਮੋਕ੍ਰੇਸੀ ਅਸਲ ਦੇ ਵਿੱਚ ਜਿਹੜੀ ਹੈ ਨਾ ਸਭ ਤੋਂ ਮਾੜੀ ਚੀਜ਼ ਇਹਨਾਂ ਨੂੰ ਡੈਮੋਕ੍ਰੇਸੀ ਲੱਗਦੀ ਹੈ ਉਹ ਚੁਬਦੀ ਚਲੋ ਸਾਬ ਪਹਿਲੇ ਦਿਨ ਤੋਂ ਹੀ ਇਹ ਚੁਬਦੀ ਹੈ ਇਹਨਾਂ ਨੂੰ ਇਹ ਚੁਬਦੀ ਹੈ ਇਹਨੂੰ ਆਪਾਂ ਇਹ ਕਹਦੇ ਕਿ ਇਹ ਅਮਤਾਬਕਾਤ ਨਹੀਂ ਬੋਲਦਾ ਪੰਜਾਬੀ ਜੀ ਤੂੰ ਵੀ ਬੋਲਦੀ ਰਕਾਨੇ ਤੇਰੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤਾਂ ਪਿੱਛੇ ਤੋਂ ਜਿਹੜੇ ਬੁਲਾਉਣ ਵਾਲੇ ਹੈ ਨਾ ਉਹ ਕਹਿੰਦੇ ਵੀ ਤੁਸੀਂ ਇਹਨੂੰ ਵੈਸਟ ਨੂੰ ਤੋਰੋ 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 ਸਹੀ ਗਾਣੋ ਇਹ ਉਦਾਰਤੀ ਹੈ ਇਹ ਟੇਲੋ ਸਾਬ ਐਸੇ ਵਾਕਿਆ ਗੱਲਾਂ ਜਿਹੜੀਆਂ ਨਾ ਸੋਚਣਾ ਪਊਗਾ ਤਾਂ ਰੱਬ ਭਲੀ ਕਰੇ ਕਰਤਾਰ ਵੀ ਭਾਰਤ ਦਾ ਫਾਇਦਾ ਹੋਣਾ ਸੀ ਆ ਕਿਸਾਨਾਂ ਨਾਲ ਪੰਗਾ ਲੈਣਾ ਸੀ ਤੇ ਇਹਨਾਂ ਨੇ ਉੱਥੇ ਜਾਵੜੇ ਨਹੀਂ ਤਾਂ ਜੇ ਕਿਤੇ ਅੰਦਰ ਖਾਤੇ ਤਾਂ ਵੱਟ ਗਏ ਸੀ ਰੋੜੀਆਂ ਭਾਰਤ ਦੀਆਂ ਨੇ ਬਰਤੀ ਬਟੀਆਂ ਪਈਆਂ ਸੀਗੀਆਂ ਸਾਰਾ ਕੁਝ ਤੈ ਤੈ ਦੇਖ ਲੈ ਦੇਖੋ ਪਹਿਲਾਂ ਇਹਨਾਂ ਨੇ ਸੰਸਥਾਵਾਂ ਸਾਰੀਆਂ ਖਤਮ ਕੀਤੀਆਂ ਹੂੰ ਹੂੰ ਜਿਹੜੀਆਂ ਆਪਣੀਆਂ ਸੰਵਿਧਾਨਕ ਸੰਸਥਾਵਾਂ ਹੈ ਜੀ ਸਾਰੀ ਚੀਜ਼ ਨੂੰ ਕਮਜ਼ੋਰ ਕਰਤਾ ਆਪਾਂ ਸੁਪਰੀਮ ਕੋਰਟ ਦੀ ਗੱਲ ਕਰਕੇ ਹਟੇ ਸੁਪਰੀਮ ਕੋਰਟ ਜਿਹੜੀ ਕਸਟੋਡੀਅਨ ਹੈ ਸਾਡੇ ਮਤਲਬ ਸੰਵਿਧਾਨ ਦੀ ਸੰਵਿਧਾਨ ਦੀ ਉਲੰਘਣਾ ਨਾ ਹੋਵੇ ਸੁਪਰੀਮ ਕੋਰਟ ਨੇ ਦੇਖਣੇ ਹੂੰ ਤੇ ਜੇ ਸੁਪਰੀਮ ਕੋਰਟ ਹੀ ਸਰਕਾਰ ਦੇ ਮੁਤਾਬਕ ਫੈਸਲੇ ਦੇਣ ਲੱਗ ਜੂ ਜੇ ਤਾਂ ਫੈਸਲਾ ਸਰਕਾਰ ਦੇ ਉਲਟ ਪਟੀਸ਼ਨ ਤਾਂ ਸੁਣਵਾਈ ਨਹੀਂ ਕਰਨੀ ਜੇ ਸਰਕਾਰ ਦੇ ਕਿਸੇ ਬੰਦੇ ਦੇ ਖਿਲਾਫ ਕਿਸੇ ਸਟੇਟ ਗਵਰਨਮੈਂਟ ਨੇ ਕਰ ਲੈ ਜੇ ਮੰਡਟ ਚ ਸੁਣਵਾਈ ਹੋ ਜੂ ਜੀ ਸੋ ਪਹਿਲਾ ਸੰਵਿਧਾਨਕ ਸੰਸਥਾਵਾਂ ਖਤਮ ਕੀਤੀਆਂ ਫਿਰ ਹੌਲੀ ਹੌਲੀ ਵੀ ਜਦੋਂ ਹੁਣ ਸੰਵਿਧਾਨਕ ਸੰਸਥਾਵਾਂ ਖਤਮ ਕਰਨ ਲੱਗਾ ਸਾਰਾ ਕੁਝ ਹੀ ਖਤਮ ਕਰ ਦੇ ਜੀ ਔਰ ਮੈਂ ਸਮਝਾਂ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਸ ਕਿਸਾਨ ਅੰਦੋਲਨ ਨੂੰ ਸਾਨੂੰ ਜਿਹੜਾ ਹੈਗਾ ਕੱਟ ਨਹੀਂ ਮੈਂ ਕਹਿੰਦਾ ਬੇहद ਜਿਆਦਾ ਮਹੱਤਵ ਦੇਣਾ ਚਾਹੀਦਾ ਕਿਉਂਕਿ ਅਸਲ ਦੇ ਵਿੱਚ ਜਿਹੜੀ ਆਜ਼ਾਦੀ ਨੂੰ ਬਚਾਉਣ ਦੀ ਲੜਾਈ ਹੈ ਇਹ ਇਹ ਨਾਸਰ ਖਸਾਨਾ ਦੀ ਲੜਾਈ ਨਹੀਂ ਜਿਹੜੀ ਆਜ਼ਾਦੀ ਦੇ ਵਿੱਚ ਅਸੀਂ ਜੋ ਕੁਝ ਹਾਸਲ ਕੀਤਾ ਹੈ ਸਾਡੇ ਕੋਲ ਉਹ ਨਾ ਖੁੱਸ ਜੀ ਆ ਡੈਮੋਕ੍ਰੇਸੀ ਦੇ ਖਿਲਾਫ ਜਿਹੜਾ ਇਸ ਕਿਸਮ ਦਾ ਅਟੈਕ ਹੁੰਦਾ ਇੱਕ ਨੀਤੀ ਕਮਿਸ਼ਨ ਦੇ ਮੁਖੀ ਵੱਲੋਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਬੜੀ ਸੋਚੀ ਸਮਝੀ ਜਿਹੜੀ ਹੈਗੀ ਇੱਕ ਜਿਹੜੀ ਯੋਜਨਾ ਹੈ ਉਹ ਯੋਜਨਾ ਦਾ ਹਿੱਸਾ ਹੈ ਜੀ ਕਈ ਟੱਲੋ ਸਾਹਿਬ ਦੇਖੋ ਕਿੱਡੇ ਬਤਮੀ ਲੋਕ ਆ ਪਰ ਮੈਂ ਵੇਖਦਾ ਕਿ ਇੱਕ ਇੱਕੇ ਪ੍ਰੀਤ ਬੈਦਮਾਨ ਨਾਂ ਦਾ ਕੋਈ ਹੈ ਜੀ ਹੈ ਤਾਂ ਜਾਲੀ ਜੀ ਮੈਨੂੰ ਲੱਗਦੀ ਉਹ ਤੁਹਾਡੇ ਨਾਲ ਵੀ ਹੈਗਾ ਦੋ ਕੋਦੇ ਦੋਸਤ ਨੇ ਬਾਲੇ ਹੀ ਹੋਈ ਹੈਣੀ ਤਸਵੀਰ ਉਹਦੀ ਹੈਣੀ ਕਹਿੰਦਾ ਉੱਥੇ ਤਾਂ ਵਿਲੜ ਦੋਖੀ ਬੈਠੇ ਉਹਨਾਂ ਨੂੰ ਬਾਦਾਮ ਕਾਜੂ ਖੁਵਾਈ ਜਾਂਦੇ ਕੋਈ ਚੱਜ ਦੀ ਗੱਲ ਵੀ ਕਰ ਲੋ ਕਹਿੰਦਾ ਹੈ ਤੂੰ ਆ ਕੇ ਬੈਠ ਉੱਥੇ ਦੋ ਦਿਨ ਤੈਨੂੰ ਪਤਾ ਲੱਗੇ ਅਸਲ ਤੇ ਜਿਹੜੇ ਦਿਮਾਗੀ ਤੌਰ ਦੇ ਉੱਤੇ ਜਿਹੜੇ ਬਿਮਾਰ ਲੋਕ ਹੁੰਦੇ ਨੇ ਜਿਹੜੇ ਆਹ ਜੀਆਂ ਗੱਲਾਂ ਕਰਦਾ ਚਲੋ ਉਹਨਾਂ ਨੇ ਆਪਦਾ ਕੰਮ ਕਰਨਾ ਹੈ ਕਰੀ ਜਾਂਦੇ ਹਾਂ ਜੀ ਸੋ ਮਿਹਰਬਾਨੀ ਤੁਹਾਡੀ ਸ਼ੁਕਰੀਆ ਧੰਨਵਾਦ ਤੇ ਪ੍ਰੋਗਰਾਮ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ